शमादान स्वागत है जी। बेकरसफील्ड एरिया दे विच बिजली दे बिलों तो नजात पाउण दे लई तुसीं अपने घरां दे छत्तां ते व्यापारिक स्थानां ते सोलर सिस्टम लवा सकदे हो, हज़ारां डालर की बचत कर सकते हो। जतेंद्र तूर होरां दा फोन नंबर नोट करो 6617541722। ते बे एरिया दे विच तुहाडी गड्डी दा एक्सीडेंट हो जांदा, नुकसान नहीं जांदी है, जां इंजन दा काम, ट्रांसमिशन, ब्रेक, किसी तरह दा मकैनिकल जॉब करवाउणी है, 1421 इंडस्ट्रियल पार्कवे वैसट हेवर्ड्स कैलिफोर्निया बाई दर्शन जी होरां कोले लै जाओ। पूरी वाजब कीमत ते तुहाडी गल्ली दा तसल्ली बख्श बॉडी वर्क कीता जाएगा। 5105382983 510-538-2983 दे उत्ते संपर्क कर लो। सदा जसवीर सिंह पट्टी होर ही मेरे नाल ने इस वक्त फोन ते जुड़ गए ने जी। पट्टी साहब गुरफतेह जी, हैलो, माफ करना जी, एक मिनट मैं लाइन चेंज कर ला। तो आप जी आवाज आ गई जी पट्टी साहब? हैलो, हाँ जी गुरफतेह जी। तकलीफां हर बंदे नूं झलणियां पैंदियां ने, पर जिहड़ा करोना ने साडे समाजिक ताणे बाणे दा बुरा हाल कीता, मैं हैरान इस गल तों कि मनुखां प्रति जिहड़ा हैगा अपना सारा कुछ वारन वाले, डाक्टरां प्रति भी अमानवी व्यवहार पेश आ रहा है, घरे नहीं वड़न जा, इत्थों तक कि एक नर्स कहिंदी है कि मैनू मेरे घरे मेरे परिवार वाले नहीं वड़न दे रहे। दसो, बिलकुल तुहाडी गल ठीक है जी। इस वेले साडी जिहड़ी उह समझ दी घाट आ, ते कुछ असीं प्रचार वी इन्ना करता कि करोना 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 जी। ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਥੋੜਾ ਜਿਹਾ ਤੁਸੀਂ ਆਤਮ ਵਿਸ਼ਵਾਸ ਰੱਖੋ, ਏਡੀ ਕੋਈ ਬਹੁਤੀ ਜਿਹੜੀ ਬਿਮਾਰੀ ਏਡੀ ਸਟਰੋਂਗ ਨਹੀਂ ਹੈਗੀ, ਟਾਕਰਾ ਕੀਤਾ ਜਾ ਸਕਦਾ ਵਾ। ਹੁਣ ਪੰਜਾਬ ਪੁਲਿਸ ਦੇ DGP ਨੇ ਕਹਿਤਾ ਅਸੀਂ ਕੁਛ ਗੋਲੀਆਂ ਜਿਹੜੀਆਂ ਵਿਟਾਮਿਨ ਮਲਟੀ ਮਿਲਾ ਵਾਂਗੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਦੇਵਾਂਗੇ, ਉਹਨਾਂ ਨੂੰ ਕਿੱਟਾਂ ਦੇਵਾਂਗੇ ਸਾਰੇ ਨੂੰ ਪਾਉਣ ਵਾਸਤੇ ਜੀ। ਔਰ ਇਹ ਵੀ ਕਹਿਤਾ ਵੀ ਜਿਹੜਾ ਮੁਲਾਜ਼ਮ ਕਿੱਟ ਨਹੀਂ ਪਾਏਗਾ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ, ਸਾਰੇ ਕਿੱਟ ਪਾਉਣਗੇ, ਚੰਗੀ ਗੱਲ ਜੀ। ਤੇ ਨਾਲ ਪੰਜਾਬ ਪੁਲਿਸ ਦੇ DGP ਨੇ ਵੀ ਕਹਿਤਾ ਵੀ ਹਰ ਮੁਲਾਜ਼ਮ ਦੀ ਹਫ਼ਤਾਵਾਰੀ ਛੁੱਟੀ ਲਾਗੂ ਕੀਤੀ ਜਾਵੇਗੀ ਜੀ। ਇਹ ਪਹਿਲਾਂ ਵੀ ਗੱਲ ਹੋਈ ਸੀ, ਸਭ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ SSP ਅੰਮ੍ਰਿਤਸਰ ਹੁੰਦੇ ਸੀ, ਉਹਦਾ ਕੋਸ਼ਿਸ਼ ਕੀਤੀ ਸੀ ਪਰ ਉਹਨੂੰ ਕਾਮਯਾਬੀ ਨਹੀਂ ਮਿਲ ਸਕੀ ਜੀ। ਉਸ ਤੋਂ ਬਾਅਦ ਹੋਰ ਵੀ DGP ਆਏ ਜਿਹਨੇ ਕੋਸ਼ਿਸ਼ ਕੀਤੀ ਪਰ ਛੁੱਟੀ ਉਹਨਾਂ ਦੀ ਕਨਫਰਮ ਨਹੀਂ ਹੋਈ। ਕੁਛ ਲੋਕਾਂ ਨੇ ਕਿਹਾ ਸੀ ਇਹਨੂੰ 13ਵੀਂ ਤਨਖਾਹ ਸਿਰਫ ਇਸੇ ਗੱਲ ਦੀ ਦਿੰਦੇ ਵੀ ਤੁਸੀਂ ਛੁੱਟੀ ਨਹੀਂ ਲੈਣੀ ਜੀ। ਲੇਕਿਨ ਫਿਰ ਵੀ ਅੱਜ ਜਿਹੜੇ ਸਵੇਰੇ 4 ਵਜੇ ਮੁਲਾਜ਼ਮ ਨਾਚਦੇ, ਰਾਤ ਨੂੰ 11 ਵਜੇ ਜਾਂਦੇ ਵਿਚਾਰੇ, ਉਸ ਟਾਈਮ ਦੇ ਪੱਲੇ ਕੱਖ ਨੀ ਹੁੰਦਾ, ਜੇ ਖੜਕੇ ਹੁੰਦੇ ਬੜੀ ਬੁਰੀ ਤਰ੍ਹਾਂ। ਬਿਲਕੁਲ ਜੀ ਬਿਲਕੁਲ। ਤੇ ਉਹਦੇ ਨਾਲ ਨਾਲ ਜਿਹੜੀ ਆਪਾਂ ਡਾਕਟਰਾਂ ਦੀ ਗੱਲ ਕਰ ਲਾਂਗੇ ਜੀ, ਇਹ ਗੱਲ ਹੈਗੀ ਆ ਜਿਹੜੇ ਚੇਨਈ ਆ ਉਹਦੇ ਹਸਪਤਾਲ ਦੀ ਆ ਜੀ। ਚੇਨਈ ਦੇ ਹਸਪਤਾਲ ਨਿਊ ਹੋਮ ਮੈਡੀਕਲ ਸਟੋਰ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਡਾਕਟਰ ਸਮੂਲ ਹਰਕੁਲੀਜ਼ ਜੀ, ਜਿਹੜੇ ਕੋਰੋਨਾ ਵਾਇਰਸ ਤੋਂ ਪੀੜਿਤ ਸਨ ਜੀ, ਉਹਨਾਂ ਦੀ ਮੌਤ ਹੋ ਗਈ ਜੀ। ਤੇ ਉਹਨਾਂ ਦੀ ਮੌਤ ਤੋਂ ਬਾਅਦ ਅੰਤਮ ਸੰਸਕਾਰ ਕਰਨ ਲਈ ਸੰਬੰਧਿਤ ਸਥਾਨ ਤੇ ਜੋ ਲਿਜਾਇਆ ਗਿਆ ਤੇ ਲਗਭਗ 300 ਲੋਕਾਂ ਨੇ ਐਂਬੂਲੈਂਸ ਨਾਲ ਜਾ ਰਹੇ ਡਾਕਟਰਾਂ ਤੇ ਹਮਲਾ ਕਰ ਦਿੱਤਾ ਜੀ, ਤੇ ਅਸੀਂ ਸੰਸਕਾਰ ਨਹੀਂ ਕਰਨ ਦੇਣਾ। ਬਾਅਦ ਵਿੱਚ ਹਸਪਤਾਲ ਦੇ ਖੁਦ ਡਾਕਟਰ ਪ੍ਰਦੀਪ ਕੁਮਾਰ ਨੇ 2 ਕਰਮਚਾਰੀ ਨਾਲ ਪੁਲਿਸ ਦੁਆਰਾ ਸੁਰੱਖਿਆ ਦੇਣ ਦੇ ਬਾਅਦ ਉਹਨਾਂ ਦੀ ਅੰਤਮ ਰਸਾਂ ਪੂਰੀਆਂ ਕੀਤੀਆਂ, ਫਿਰ ਪੁਲਿਸ ਆਈ, ਪੁਲਿਸ ਨੇ ਰੋਕਿਆ ਤੇ ਫਿਰ ਜਾ ਕੇ ਸੰਸਕਾਰ ਹੋਇਆ ਜੀ। ਕਿੰਨੀ ਸ਼ਰਮਨਾਕ ਘਟਨਾ ਵੀ ਉਸ ਬੰਦੇ ਨੇ ਕਈ ਮਰੀਜ਼ ਠੀਕ ਕੀਤੇ, ਠੀਕ ਕੀਤਾ ਕਰਦਾ ਵਿਚਾਰਾ, ਲੋਕਾਂ ਨੂੰ ਲਾਸ਼ ਬਣ ਤੋਂ ਬਚਾਉਂਦਾ ਬੰਦਾ ਖੁਦ ਲਾਸ਼ ਬਣ ਗਿਆ ਜੀ। ਲੇਕਿਨ ਸਾਡੇ ਸਮਾਜ ਦੇ ਉਹਦੇ ਪ੍ਰਤੀ ਰਵੱਈਆ ਇਹ ਹੋਣਾ, ਮੈਂ ਸੁਣਦਾ ਵੀ ਇਹ ਚਿੰਤਾ ਦਾ ਵਿਸ਼ਾ ਵਾ, ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਵੀ ਅਸੀਂ ਕਿੱਥੇ ਖੜੇ ਹਾਂ ਜੀ। ਜੇ ਉਹ ਬੰਦਾ ਚੱਲੇਗਾ, ਡਾਕਟਰ ਬਾਰ ਬਾਰ ਕਹਿ ਰਹੇ ਆ, ਵਿਗਿਆਨੀ ਬਾਰ ਬਾਰ ਕਹਿ ਰਿਹਾ ਵੀ ਜਦੋਂ ਹੌਸਪੀਟਲ ਦੇ ਵਿੱਚੋਂ ਕਿਸੇ ਵੀ ਕੋਰੋਨਾ ਪੀੜ ਦੀ ਲਾਸ਼ ਦਿੱਤੀ ਜਾਂਦੀ ਆ, ਉਹਨੂੰ ਪੂਰੀ ਤਰ੍ਹਾਂ ਪੈਕ ਕਰਕੇ ਦਿੱਤੀ ਜਾਂਦੀ ਆ, ਸੈਨੇਟਾਈਜ਼ ਕਰਕੇ ਦਿੱਤੀ ਜਾਂਦੀ ਆ, ਭਾਈ ਇਹਦਾ ਕੋਈ ਕੋਰੋਨਾ ਦਾ ਬਾਹਰ ਕਿਸੇ ਨੂੰ ਅਸਰ ਨਾ ਹੋਵੇ ਜੀ। ਫਿਰ ਵੀ ਜਿਹੜੇ ਸੰਸਕਾਰ ਕਰਨ ਵਾਲੇ ਉਹ ਤਿਆਰ ਵਜੋਂ ਸਾਵਧਾਨੀਆਂ ਵਜੋਂ ਪੂਰੀ ਕਿੱਟ ਪਾ ਕੇ ਜਿਹੜੇ ਸੰਸਕਾਰ ਕਰਦੇ ਆ,
ਕਿ ਚਲੋ ਇਹ ਇਤਿਹਾਤ ਵਰਤਣੀ ਹੈ। ਇਲੈਕਟ੍ਰਿਕ ਦੇ ਵਿੱਚ ਕੀ ਹੈ, ਲਾ ਜਿੱਦਾਂ ਆਈ ਹੈ ਉੱਦਾਂ ਤੁਸੀਂ ਅੰਦਰ ਰੱਖ ਦਿੱਤੀ, ਉਹ ਸੜ ਕੇ ਸਵਾਹ ਜਾਣੀ 5-10 ਮਿੰਟਾਂ ਦੇ ਵਿੱਚ ਤੁਹਾਨੂੰ ਕਿਹੜਾ ਜੀ ਆਹ ਸਵਾਹ ਲੈ ਜਾਓ ਤੁਸੀਂ ਜੀ। ਇੰਨੀ ਹੀਟ ਦੇ ਵਿੱਚ ਤੇ ਮੇਰੇ ਖਿਆਲ ਕੋਈ ਵੀ ਨਹੀਂ ਬਚਦਾ, ਕੋਈ ਵੱਡੇ ਤੋਂ ਵੱਡੇ ਕਰੋਨਾ ਕੀ ਕਰੋਨਾ ਪਿਓ ਵੀ ਉਹਦੇ ਵੀ ਬਚਦਾ ਉੱਥੇ। ਤੇ ਲੋਕ ਫਿਰ ਕਿਉਂ ਨੀ ਸਮਝਦੇ ਵੀ ਲੋਕਾਂ ਨੂੰ ਅਸੀਂ ਨਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਨਾ ਲੋਕ ਸਮਝਣ ਲਈ ਤਿਆਰ ਆ। ਦਹੀ ਰੌਲਾ ਹੀ ਇੰਨਾ ਪਾਤਾ ਕਰੋਨਾ ਦਾ ਵੀ ਕਰੋਨਾ 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 ਪਤਾ ਨੀ ਕੀ ਆਫਤ ਆ ਗਈ ਜੀ ਜੀ। ਅਜੇ ਵੀ ਹੁਣ ਮੈਂ ਇਹ ਗੱਲ ਕਰਦੇ ਵੀ ਉਹਨਾਂ ਦੀਆਂ ਅੰਤਮ ਰਸਮਾਂ ਤੋਂ ਹੋ ਗਈਆਂ, ਚੰਗੀ ਗੱਲ ਆ। ਇਹਦੋਂ ਪਹਿਲਾਂ ਵੇਖੋ ਸਾਡੇ ਨਾਲ ਭਾਈ ਨਿਰਮਲ ਸਿੰਘ ਨਾਲ ਕੀ ਹੋਇਆ, ਬਿਲਕੁਲ ਇਸੇ ਤਰ੍ਹਾਂ ਡਾਕਟਰ ਜੌਨ ਸੈਲੋ ਦੀ ਮੌਤ ਤੋਂ ਬਾਅਦ ਵੀ ਜਿਹੜੀ ਮੇਘਾਲਿਆ ਉਹਦੀ ਰਸਮਾਂ ਜਿਹੜੀ ਪੂਰੀਆਂ ਨਹੀਂ ਹੋਣ ਦਿੱਤੀਆਂ ਗਈਆਂ ਉਹਨਾਂ ਦੀ। ਜੇ ਡਾਕਟਰਾਂ ਦਾ ਇਹ ਹਾਲ ਤੇ ਬਾਕੀ ਲੋਕਾਂ ਦਾ ਕੀ ਹੋ ਗਿਆ? ਬਿਲਕੁਲ। ਤੇ ਇਸ ਕਰਕੇ ਇਹ ਚਾਹੀਦਾ ਇਹ ਆ ਵੀ ਇਹਨਾਂ ਲੋਕਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਜਾਵੇ। ਤੁਸੀਂ ਕੱਲ ਵੀ ਵੇਖੋ ਇੱਕ ਜਗ੍ਹਾ ਹੋਰ ਮੈਂ ਪੜ੍ਹਨ ਡਿਆ ਸੀ ਵੀ ਉੱਥੇ ਵੀ ਉਹਨਾਂ ਨੇ ਲੋਕਾਂ ਦਾ ਰੌਲਾ ਪਾਇਆ, ਲੇਕਿਨ ਪੁਲਿਸ ਨੇ ਫਿਰ ਜ਼ਬਰਦਸਤੀ ਜਿਹੜਾ ਸੀ ਉਹ ਡਾਂਗ ਫਿਰ ਕੇ ਸੰਸਕਾਰ ਕਰਾਇਆ। ਭਾਈ ਜਾਣ ਕਿੱਥੇ ਲੋਕ, ਇਹਨਾਂ ਦੇ ਸੰਸਕਾਰ ਇੱਥੇ ਹੋਣੇ ਜੀ। ਅੰਮ੍ਰਿਤਸਰ ਦੇ ਵਿੱਚ ਕੁਛ ਰਿਟਾਇਰਡ ਅਫਸਰਾਂ ਨੇ ਜਿਹੜੀ ਸੀ ਇੱਕ ਜਥੇਬੰਦੀ ਬਣਾਈ ਹੈ ਵੀ ਜਿਹੜਾ ਵੀ ਕਰੋਨਾ ਦਾ ਮਰੀਜ਼ ਆ ਅਸੀਂ ਸੰਸਕਾਰ ਕਰਨ ਲਿਆ, ਸਾਨੂੰ ਸੇਵਾ ਦਿੱਤੀ ਜਾਵੇ, ਅਸੀਂ ਕਰਾਂਗੇ ਉਹਨਾਂ ਦਾ ਜੀ ਜੀ ਜੀ। ਔਰ ਉਹਨਾਂ ਦਾ ਖਰਚਾ ਵੀ ਅਸੀਂ ਕਰਾਂਗੇ, ਜੇ ਕੋਈ ਲੱਕੜਾਂ ਦਾ ਖਰਚਾ ਪਊ ਜੋ ਖਰਚਾ ਉਹ ਅਸੀਂ ਆਪਣੀ ਪੈਨਸ਼ਨਾਂ ਵਿੱਚੋਂ ਦੇਵਾਂਗੇ। ਉਹਨਾਂ ਨੇ ਇੱਥੇ ਜਥੇਬੰਦੀ ਬਣਾਈ ਬਕਾਇਆ ਤੌਰ ਤੇ, ਉਹ ਅਨਾਊਂਸ ਕੀਤਾ ਉਹਨਾਂ ਨੇ ਜੀ ਵੀ ਕਿਸੇ ਵੀ ਕਰੋਨਾ ਪੀੜਤ ਦੀ ਕੋਈ ਲਾਸ਼ ਆਉਂਦੀ ਹੈ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਰਲ ਕੇ ਸੰਸਕਾਰ ਕਰਾਂਗੇ। ਇੱਕ ਜਗ੍ਹਾ ਤੇ ਤੁਸੀਂ ਗੱਲ ਵਾਪਰੀ ਵੀ ਦੋ ਪੁਲਿਸ ਵਾਲੇ ਅੱਗੇ ਲੱਗੇ, ਇੱਕ ਐਸ ਡੀ ਐਮ ਲੱਗਾ, ਇੱਕ ਤਹਿਸੀਲਦਾਰ ਲੱਗਾ, ਜਾ ਕੇ ਲਾਸ਼ ਖੜਕੇ ਜਿਹੜੀ ਉਹ ਸੰਸਕਾਰ ਕੀਤਾ ਜੀ। ਮਤਲਬ ਹਾਲਾਤ ਇੰਨੇ ਮਾੜੇ ਹੋ ਗਿਆ ਵੀ ਕਰੋਨਾ ਵਾਇਰਸ ਭਾਈ ਸਾਹਿਬ ਇੰਨੀ ਵੱਡੀ ਬਿਮਾਰੀ ਖਤਰਨਾਕ ਵੀ, ਸਿਰਫ ਤੁਹਾਡਾ ਜਜ਼ਬਾ ਚਾਹੀਦਾ ਉਹਨਾਂ ਲੜਨ ਵਾਸਤੇ, ਬਾਕੀ ਕੋਈ ਨੀ। ਬਿਲਕੁਲ ਜਜ਼ਬਾ ਉਹ ਦੇਖੋ ਮੁੰਡੇ ਦੀ ਜਲਦ ਜਿਹੜਾ ਫਿਰੋਜ਼ਪੁਰ ਦੇ ਜਿਹੜੇ ਲੁਧਿਆਣੇ ਦੇ ਏਸੀਪੀ ਦਾ ਗਨਮੈਨ ਸੀ ਫਿਰੋਜ਼ਪੁਰ ਆਈਸੋਲੇਟ ਕੀਤਾ, ਦੇਖੋ ਡੰਡ ਬੈਠਕਾਂ ਲਾਈ ਜਾਂਦਾ। ਜੀ 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 ਉਹ ਨੈਗੇਟਿਵ ਆ ਵੀ ਗਿਆ ਜੀ, ਉਹਦਾ ਨੈਗੇਟਿਵ ਆ ਵੀ ਗਿਆ ਉਹਦਾ। ਜਿਹੜੇ ਬੰਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਜਿਹੜੀਆਂ ਸਾਡੀਆਂ ਕਿੱਟਾਂ ਜਾ ਰਹੀਆਂ ਨੇ ਵਿਦੇਸ਼ਾਂ ਤੋਂ, ਉਹ ਜਿਹੜੀਆਂ ਪੂਰੀਆਂ ਸੈਟਿਸਫੈਕਟਰੀ ਨਹੀਂ ਹੈਗੀਆਂ ਜੀ। ਉਹ ਆ ਗਿਆ ਜੀ, ਉਹ ਕਹਿੰਦੇ ਵੀ ਅਜੇ 2 ਦਿਨ ਪਹਿਲਾਂ ਤਾਂ ਕਿੱਟਾਂ ਨੂੰ ਟੈਸਟ ਕਰ ਲਈਏ ਫੇਰ ਕਰੋ, ਐਵੇਂ ਕਮਲਾ ਵਾਂਗੂ ਨਾ ਕੰਮ ਕਰੀ ਚੱਲੋ। ਹਾਂਜੀ ਨਹੀਂ, ਕਿਹਨੇ ਚਿਰ ਟੈਸਟ ਕਰਨਾ ਜੀ? ਸਾਡੇ ਕੋਲ ਬੰਦੇ ਨੇ ਨਾ ਮੈਨ ਪਾਵਰ ਹੈਗੀ ਨਾ ਟੈਸਟ ਕਰਨ, ਕਿਹਨੇ ਟੈਸਟ ਕਰਨਾ ਉਹਨਾਂ ਨੂੰ? ਤੁਸੀਂ ਆਪ ਸਿਆਣੇ ਹੋ ਜੀ। ਇਸ ਕਰਕੇ ਚਾਹੀਦਾ ਹੈ ਵੀ ਸਾਡੇ ਡਾਕਟਰ ਹੋਏ, ਨਰਸਾਂ ਹੋਏ, ਪੈਰੀ ਮੈਡੀਕਲ ਪੈਰਾਮੈਡੀਕਲ ਸਟਾਫ ਹੋਏ, ਉਹਨਾਂ ਦੇ ਨਾਲ ਜਿਹੜਾ ਸਾਡਾ ਵਿਹਾਰ ਜਿਹੜਾ ਪੂਰਾ ਮਾਨਵੀ ਹੋਣਾ ਚਾਹੀਦਾ, ਅਮਾਨਵੀ ਨਹੀਂ ਹੋਣਾ ਚਾਹੀਦਾ, ਅਮਨੁੱਖਤਾ ਵਾਲਾ ਨਹੀਂ ਹੋਣਾ ਚਾਹੀਦਾ। ਸਾਨੂੰ ਚਾਹੀਦਾ ਵੀ ਉਹਨਾਂ ਦੀ ਸਗੋਂ ਕੋਈ ਵੀ ਕੋਈ ਪ੍ਰੋਬਲਮ ਆ ਤਾਂ ਅਸੀਂ ਪਹਿਲੇ ਜਿਹੜੇ ਮੋਹਰੀ ਹੋ ਕੇ ਉਹਨਾਂ ਦੀ ਪ੍ਰੋਬਲਮ ਹੱਲ ਕਰੀਏ। ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ, ਸਾਡੇ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੇ ਉਹਨਾਂ 4 ਮੁਲਾਜ਼ਮਾਂ ਨੂੰ ਪੈਰਾਮੈਡੀਕਲ ਦੇ ਨੂੰ ਅੱਜ ਨੋਟਿਸ ਜਾਰੀ ਕਰ ਦਿੱਤੇ, ਜਿਹਨਾਂ ਨੇ ਆ ਕੇ ਉਹਨਾਂ ਕੋਲ ਮੰਗੇ ਸੀ ਵੀ ਭਾਈ ਸਾਡੇ ਕੋਲ ਕਿੱਟਾਂ ਨਹੀਂ ਹੈਗੀਆਂ, ਸਾਡੇ ਕੋਲ ਦਸਤਾਨੇ ਨਹੀਂ ਹੈਗੇ, ਸਾਡੇ ਕੋਲ ਮਾਸਕ ਨਹੀਂ ਹੈਗੇ ਜੀ। ਉਹਨਾਂ ਨੂੰ ਅੱਜ ਕਾਰਨ ਦੱਸੋ ਨੋਟਿਸ ਦਿੱਤਾ ਗਿਆ, ਦੱਸੋ ਉਹ ਵਿਚਾਰੇ ਕੰਮ ਕਿਵੇਂ ਕਰਨਗੇ, ਕਿਵੇਂ ਕਰਨ ਦੱਸੋ, ਜੇ ਕੋਈ ਸ਼ਿਕਾਇਤ ਕਰਦਾ ਉਹਨਾਂ ਨੂੰ ਢਾ ਲੈਂਦੇ ਹੈ। ਬਿਲਕੁਲ ਬਿਲਕੁਲ, ਉਹਨਾਂ ਨੂੰ ਤੁਸੀਂ ਢਾ ਲੈਂਦੇ ਹੋ, ਕਿੱਥੇ ਕਿੱਥੇ ਲਿਖਿਆ ਤੁਸੀਂ ਘੱਟੋ ਘੱਟ? ਪਹਿਲਾਂ ਵੀ ਉਦਣ ਕਿਹਾ ਸੀ ਜਦੋਂ ਬੀਬੀਆਂ ਨੇ ਪ੍ਰੋਟੈਸਟ ਕੀਤਾ ਸੀ ਜਿਹੜੀਆਂ ਪੈਰਾਮੈਡੀਕਲ ਵਾਲੀਆਂ, ਉਦਣ ਵੀ ਕਹਿਤਾ ਸੀ ਸੋਨੀ ਕਿਵੇਂ, ਤੁਸੀਂ ਉਹਨੇ ਕਿਹਾ ਵੀ ਤੁਸੀਂ ਇੱਦਾਂ ਕਰੋ ਵੀ ਥੋੜਾ ਜਿਹਾ ਕੰਮ ਜਨਾਦਰੀ ਦਾ ਕੰਮ ਕਰੋ, ਤੁਹਾਨੂੰ ਪਤਾ ਸਰਕਾਰ ਕੀ ਕਰਦੀ ਹੁੰਦੀ। ਸਾਡੇ ਅੰਮ੍ਰਿਤਸਰ ਇੱਕ ਪੱਤਰਕਾਰ ਆ ਮੁੰਡਾ ਜੀ, ਉਹਦਾ ਨਾਂ ਹੈਗਾ ਸੰਨੀ ਸੋਤਾ, ਖੈਰ ਉਹ ਵੈਬ ਚੈਨਲ ਪੱਤਰਕਾਰ, ਵੈਬ ਚੈਨਲ ਨੂੰ ਸਰ ਬਹੁਤੇ ਲੋਕੀ ਪ੍ਰਵਾਹ ਨਹੀਂ ਕਰਦੇ, ਸਾਡੇ ਪੱਤਰਕਾਰ ਵੀ ਜਿਹਦੇ ਕਰਕੇ ਜੁੱਤੀਆਂ ਖਾਣ ਲਏ ਪੰਜਾਬੀ ਚ ਮੈਂ ਕਹਾਂ। ਹਾਂਜੀ ਹਾਂਜੀ, ਉਹਨੇ ਸੋਨੀ ਦੇ ਹਲਕੇ ਚ ਜਾ ਕੇ ਕੋਈ ਲੋਕਾਂ ਦੀਆਂ ਇੰਟਰਵਿਊ ਕੀਤੀਆਂ, ਜਿਹਨਾਂ ਕਿਹਾ ਵੀ ਅਸੀਂ ਗਰੀਬ ਆਦਮੀ ਆ, ਸਾਡੇ ਕੋਲ ਅਜੇ ਤੱਕ ਕਿਸੇ ਕਿਸਮ ਦਾ ਰਾਸ਼ਨ ਨਹੀਂ ਪੁੱਜਾ, ਜੇ ਉਹਨੇ ਚੜਾ ਦਿੱਤੀ ਤੇ ਉਹਦੇ ਖਿਲਾਫ਼ ਪਰਚਾ ਦਰਜ ਕਰਾ ਦਿੱਤਾ। ਫਿਰ ਅਸੀਂ ਥੋੜਾ ਬਹੁਤਾ ਰੌਲਾ ਪਾਇਆ ਤੇ ਉਹਦੀ ਜ਼ਬਾਨ ਤੇ ਪੁਲਿਸ ਨੇ ਕਰਾਰ ਦਿੱਤੀ, ਹੁਣ ਅਸੀਂ ਦਬਾਅ ਪਾ ਰਹੇ ਹਾਂ ਵੀ ਪਰਚਾ ਕੈਂਸਲ ਕੀਤਾ ਜਾਵੇ, ਜਿਹਨੇ ਵੱਡੇ ਵੱਡੇ ਪੱਤਰਕਾਰ ਜਿਹੜੇ ਨੇ ਉਹਨੂੰ ਪੱਤਰਕ ਮੰਨਣ ਲਈ ਤਿਆਰ ਨੇ। ਦਵਿੰਦਰਪਾਲ ਭੁੱਲਰ ਵਾਲਾ ਜਿਹੜਾ ਕੇਸ ਆ, ਦਵਿੰਦਰਪਾਲ ਇੱਕ ਗੱਲ ਮੈਨੂੰ ਦੱਸ ਦਿਓ ਜੀ, ਅਸੀਂ ਉਹਦੇ ਹੱਕ ਚ ਸਭ ਤੋਂ ਪਹਿਲਾਂ ਬਿਆਨ ਵੀ ਮੈਂ ਦਿੱਤਾ ਸੀ ਫੇਸਬੁੱਕ ਤੇ, ਪਾਇਆ ਸੀ ਆਪਾਂ ਉਸੇ ਵੇਲੇ ਹੀ। ਇੱਕ ਦੱਸ ਦਿਓ ਵੀ ਇਹਨਾਂ ਲੋਕਾਂ ਵੱਡੇ ਪੱਤਰਕਾਰਾਂ ਨੇ ਕਦੀ ਕਿਸੇ ਕਸਬੇ ਦੇ ਪੱਤਰ ਤੇ ਕੋਈ ਭੀੜ ਬਿਆਨ ਦੇ ਕੋਈ ਆਪਣੀ ਭੂਮਿਕਾ ਨਿਭਾਈ ਜੀ? ਕਦੀ ਜਦੋਂ ਸਾਡੀ ਮਜੀਠੀ ਨਾਲ ਲਾਠੀਚਾਰ ਦਿਆ ਸੀ ਕੀ ਭੂਮਿਕਾ ਰਹੀ ਚੰਡੀਗੜ੍ਹ ਵਾਲਿਆਂ? ਲੇਕਿਨ ਅਸੀਂ ਅੱਜ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ, ਤੇ ਜੇ ਇਹ ਭੀਖ ਮੰਗ ਕੇ ਦੇਣਗੇ ਉਹ ਮੈਨੂੰ ਕੁਛ ਨੀ ਮਿਲਣਾ, ਜਿੰਨਾ ਚਿਰ ਤੁਸੀਂ ਇਹਨਾਂ ਦੇ ਗੱਲ ਚ ਗੂਠ ਨੀ ਦਿੰਦੇ ਜੀ। ਤੁਸੀਂ ਕਾਰਵਾਈ ਕਰੋ, ਸਭ ਤੋਂ ਪਹਿਲਾਂ ਜੋ ਕਹੋਗੇ ਉੱਥੋਂ ਹੁਕਮ ਛੱਡੋ ਵੀ ਚੰਡੀਗੜ੍ਹ ਸਭ ਤੋਂ ਪਹਿਲਾਂ ਪੱਟਾ ਸਜੀ ਕੇ ਵਿੱਚ ਕਰਫਿਊ ਦੇ ਵਿੱਚ ਅਸੀਂ ਕਰਾਂਗੇ ਅੰਮ੍ਰਿਤਸਰ ਦੇ ਵਿੱਚ।
ਅਸੀਂ ਦੱਸਾਂਗੇ ਸਰਕਾਰ ਨੂੰ ਕਿਵੇਂ ਕੰਮ ਕਰੀਦਾ ਹੁੰਦਾ ਜੀ। ਇਸ ਕਰਕੇ ਅਸੀਂ ਜਦੋਂ ਇਕੱਠੇ ਨਹੀਂ ਹੈਗੇ, ਅਸੀਂ ਕੋਈ ਛੋਟੀ ਅਖਬਾਰ ਦਾ ਪੱਤਰਕਾਰ ਕਹਿੰਦੇ, ਪੱਤਰਕਾਰ ਹੀ ਸਾਡਾ ਜੀ ਹੈਗਾ, ਉਹਦੇ ਖਿਲਾਫ਼ ਅਸੀਂ ਕਾਰਵਾਈ ਨੀ ਹੁੰਦੀ ਹੁੰਦੀ ਤੇ ਕਾਰਵਾਈ ਹੋ ਜਾਵੇ ਉਹਦੇ ਖਿਲਾਫ਼, ਸਾਨੂੰ ਕੀ ਫਰਕ ਪੈਂਦਾ ਉੱਥੇ? ਹਾਂਜੀ ਹਾਂਜੀ। ਤੇ ਲੇਕਿਨ ਜਿਹੜੇ ਛੋਟੇ ਪੱਤਰਕਾਰ ਆ ਵਿਚਾਰੇ, ਉਹ ਜੇ ਗਰੀਬ ਪੱਤਰਕਾਰ ਆ, ਉਹਨਾਂ ਦੇ ਵਾਕ ਚ ਅਸੀਂ ਹਮੇਸ਼ਾ ਹੀ ਆਵਾਜ਼ ਬੁਲੰਦ ਕੀਤੀ, ਉਹ ਕਿਸੇ ਦਾ ਬੇਇਨਸਾਫ਼ੀ ਨਹੀਂ ਹੁੰਦੀ ਜਿਹਨੇ ਸਾਡੇ ਤੱਕ ਪਹੁੰਚ ਕੀਤੀ ਹੈ ਜੀ। ਗੱਲ ਆਪਾਂ ਫਿਰ ਉੱਥੇ ਮਨੁੱਖਤਾ ਦੀ ਚੱਲਦੇ ਹਾਂ ਜੀ। ਹੁਣ ਵੇਖੋ ਵੀ ਡਾਕਟਰ ਤੇ ਚਲੇ ਗਏ ਵਿਚਾਰੇ, ਜਾਂ ਵੀ ਇਹੋ ਜਿਹੀ ਘਟਨਾਵਾਂ ਵਾਪਰਨੀਆਂ ਨੇ, ਸਾਡਾ ਸਗੋਂ ਫਰਜ਼ ਬਣਦਾ ਵੀ ਉਹਨਾਂ ਦੀ ਲਾਸ਼ ਤੋਂ ਭਾਵੇਂ ਅਸੀਂ 50 ਮੀਟਰ ਪਿੱਛੇ ਹੋਈਏ, ਜਾ ਕੇ ਜਿਹੜੀ ਇੱਕ ਡਿਸਟੈਂਸ ਬਣਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੋਲ ਖੜੀ ਜਾ ਕੇ, ਠੀਕ ਹੈ ਜੀ, ਸੰਸਕਾਰ ਹੋ ਰਿਹਾ ਉਹਨਾਂ ਦਾ। ਅਸੀਂ ਤੇ ਕਹਿੰਦੇ ਵੀ ਡਾਕਟਰ ਹੋਏ ਕਿਉਂ? ਲੁਧਿਆਣੇ ਦੇ ਵਿੱਚ ਜਦੋਂ ਇੱਕ ਲੇਡੀ ਦੀ ਡੈਥ ਹੋਈ ਹੈ, ਪਹਿਲਾਂ ਉਹਦੇ ਪਰਿਵਾਰ ਵਾਲੇ ਬਾਹਰ ਬੈਠੇ ਅਰਦਾਸਾਂ ਕਰਨ ਦੇ ਸੀ, ਜੋ ਡੈਥ ਹੋ ਗਈ ਤੇ ਮੁੜ ਕੇ ਕਿਸੇ ਨੂੰ ਮੂੰਹ ਵੇਖਣ ਤੱਕ ਨਹੀਂ ਗਿਆ। ਦੱਸੋ, ਅਸੀਂ ਮੂੰਹ ਦੇਖ ਲਈਏ ਉਹਦਾ? ਇਸ ਕਰਕੇ ਡਾਕਟਰ ਜਿਹੜੇ ਆ, ਇਸ ਵੇਲੇ ਰੱਬ ਦਾ ਰੂਪ ਨੇ ਜੀ। ਇਸ ਵੇਲੇ ਡਾਕਟਰਾਂ ਦੀ ਜਿੰਨੀ ਵੀ ਹੈਲਪ ਕੀਤੀ ਜਾਵੇ ਕਰਨੀ ਚਾਹੀਦੀ ਹੈ, ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜੋ ਕਰਨ ਜੋ ਵੱਧ ਕਰਨਾ ਚਾਹੀਦਾ ਵਾ, ਪੁਲਿਸ ਵੀ ਕਰ ਰਹੀ ਹੈ, ਡਾਕਟਰ ਵੀ ਕਰ ਰਹੇ, ਦੋਵੇਂ ਤਰ੍ਹਾਂ ਕਰ ਰਹੇ ਨੇ ਜੀ ਜੀ। ਤੇ ਇਸ ਕਰਕੇ ਆਹ ਜਿਹੜੇ ਹਾਲ ਜਿਹੜੀ ਆਪਾਂ ਹਾਲਤ ਨੂੰ ਦੱਸੀ ਆ, ਡਾਕਟਰਾਂ ਦੇ ਜਿਹੜੇ ਕਰੋਨਾ ਪੀੜਤ ਜਿਹੜੇ ਸੀ, ਜਿਹੜੇ ਸੰਸਕਾਰ ਹੋ ਗਿਆ ਤੇ ਉਹ ਸੰਸਕਾਰ ਨਹੀਂ ਕਰਨ ਦਿੱਤਾ ਉਹਨਾਂ ਨੂੰ, ਤੇ ਮਾੜੀ ਗੱਲ ਆ। ਹੁਣ ਮੈਂ ਤੁਹਾਨੂੰ ਅੱਗੇ ਵੀ ਗੱਲ ਦੱਸੀ ਸੀ ਵੀ ਜਿਹੜੀ ਇੱਥੇ ਸਫਾਈ ਸੇਵਕ ਸੀਗੀ ਜੀ, ਉਹਦੇ ਬਾਅਦ ਮੈਨੂੰ ਕਈ ਲੋਕਾਂ ਦੇ ਫੋਨ ਆਏ, ਨਹੀਂ ਜੀ ਵੇਖੋ ਜੀ ਪਿਆਤ ਵਰਤਣੀ। ਮੈਂ ਕਿਹਾ ਜੀ ਮੈਂ ਕਦੋਂ ਨਹੀਂ ਵਰਤਣੀ ਚਾਹੀਦੀ, ਜ਼ਰੂਰ ਸਾਵਧਾਨੀ ਵਰਤਣੀ ਚਾਹੀਦੀ ਹੈ, ਲੇਕਿਨ ਉਹ ਸਾਵਧਾਨੀਆਂ ਪੂਰੀਆਂ ਕਰਕੇ ਆਉਂਦੀਆਂ। ਜਾਂ ਤੁਸੀਂ ਜਾ ਕੇ ਕਹਿ ਦਿਓ ਡੀਸੀ ਨੂੰ, ਭਾਈ ਸਾਹਿਬ ਸਾਡੇ ਪਿੰਡ ਨਾਲ ਭੇਜੋ, ਨੀ ਇੱਥੇ ਕਮਰਾ ਦੇ ਦਿਓ ਕੋਈ ਨਾ ਕੋਈ, ਬਿਲਕੁਲ 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 ਜੀ ਜੀ। ਤੇ ਅੱਗੇ ਚੱਲੀਏ, ਬਾਕੀ ਸਮਾਜ ਦੇ ਵਿੱਚ ਤਾਂ ਬਹੁਤ ਵੱਡੀਆਂ ਤਰੇੜਾਂ ਪੈ ਗਈਆਂ, ਹਜੇ ਤਾਂ ਉਦੋਂ ਅੱਗੇ ਗੱਲ ਆਉਣੀ ਹੈ, ਪਰ ਉਸ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੇ ਗੁੰਬਦ ਢਹੇ ਸੀਗੇ ਕਰਤਾਰਪੁਰ ਸਾਹਿਬ ਉੱਤੋਂ, ਤੁਸੀਂ ਦੱਸਿਆ ਫਾਈਬਰ ਦੇ ਸੀਗੇ, ਉਹਨਾਂ ਦੀ ਮੁੜ ਜਿਹੜੀ ਰਿਪੇਅਰ ਵਗੈਰਾ ਹੋ ਗਈ ਹੈ ਜੀ ਕੋਈ? ਵੇਖੋ ਜੀ, ਉਹਨਾਂ ਦੀ ਰਿਪੇਅਰ ਹੋ ਚੁੱਕੀ ਹੈ ਜੀ, ਉਹਨਾਂ ਨੇ ਗੁੰਬਦ ਫਿਰ ਐਸਟੈਬਲਿਸ਼ ਕਰ ਦਿੱਤੇ ਆ, ਲੇਕਿਨ ਆਪਾਂ ਵੀ ਗੱਲੇ ਕੀਤੀ ਸੀ ਅੱਗੇ ਵੀ ਉਹ ਫਾਈਬਰ ਦੇ ਗੁੰਬਦ ਆ, ਤੇ ਉਹ ਕਿਸੇ ਕਾਰ ਸੇਵਾ ਵਾਲੇ ਬਾਬੇ ਕੋਲੋਂ ਜੇ ਸੇਵਾ ਕਰਾਈ ਜਾਵੇ ਤੇ ਉਹ ਗੁੰਬਦ ਜਿਹੜੇ ਨੇ ਉਹਦੇ ਸੀਮਿੰਟ ਦੇ ਬਣ ਜਾਣ ਤੇ ਮੁੜ ਕੇ ਇਹੋ ਜਿਹੀ ਪ੍ਰੋਬਲਮ ਨਹੀਂ ਆਏਗੀ ਜੀ। ਲੇਕਿਨ ਜਹਿਦਾਰ ਅਕਾਲ ਤਖ਼ਤ ਦੇ ਵਿੱਚ ਸੰਤੁਸ਼ਟੀ ਪਰ ਕੀਤੀ ਆ ਵੀ ਉਹ ਜੇ ਗੁੰਬਦ ਡਿੱਗ ਪਿਆ ਤੇ ਕੋਈ ਗੱਲ ਨੀ, ਉਹਨਾਂ ਰਿਪੇਅਰ ਕਰਦੇ ਆ, ਇਮੀਡੀਏਟਲੀ ਰਿਪੇਅਰ ਕਰਦੇ ਆ, ਕੋਈ ਗੱਲ ਨੀ, ਅਸੀਂ ਜੇ ਗੱਲ ਕੁਝ ਹੋਰ ਤਰੁੱਟੀਆਂ ਹੋਣਗੀਆਂ ਤਾਂ ਦੂਰ ਕਰ ਲਾਂਗੇ ਅਸੀਂ ਭਲੇਖ ਦੇ ਵਿੱਚ। ਤੇ ਜਹਿਦਾਰ ਨੇ ਵੀ ਇਹ ਗੱਲ ਕਹਿਤੀ, ਬਾਕੀ ਤੁਹਾਨੂੰ ਬਾਕੀ ਕੁਛ ਰਹਿ ਨੀ ਗਿਆ ਜੀ। ਤੇ ਕੁਛ ਲੋਕ ਸਾਡੇ ਜਿਹੜੇ ਰੌਲਾ ਪਾਉਣ ਦੀ ਆਦਤ ਹੁੰਦੀ ਹੈ, ਡਿੱਗ ਕਿਵੇਂ ਪਿਆ ਜੀ, ਕਿਉਂ ਡਿੱਗ ਪਏ ਜੀ, ਕੀ ਕੀਤਾ ਜੀ, ਇਹਨਾਂ ਨੇ ਸਾਡੀ ਮਰਿਆਦਾ ਦੀ ਉਲੰਘਣਾ ਕਰਤੀ। ਕਈਆਂ ਲੋਕਾਂ ਨੂੰ ਆਦਤ ਹੁੰਦੀ ਤੇ ਉਹਨਾਂ ਦੀ ਜਿਹੜੀ ਸੋਚ ਹੀ ਨੈਗੇਟਿਵ ਹੁੰਦੀ ਹੈ, ਕੋਈ ਪੋਜ਼ਿਟਿਵ ਸੋਚਣਾ ਹੀ ਉਹਨਾਂ ਨੇ ਜੀ 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 ਜੀ। ਤੇ ਮੌਸਮ ਵਗੈਰਾ ਨੇ ਤਾਂ ਦੇਖੋ ਜੋ ਕੁਛ ਹੋ ਰਿਹਾ, ਪਰ ਗੱਲ ਕਰੀਏ ਤਾਂ ਆਪਾਂ ਇੱਧਰ ਕੈਪਟਨ ਸਾਹਿਬ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਵੀ ਸਾਡੀ ਸ਼ਰਾਬ ਖੋਲ੍ਹ ਦਿਓ, ਅਤੇ ਉੱਧਰ ਐਂਬੂਲੈਂਸਾਂ ਦਾ ਫਿਰ ਦੁਰਪ੍ਰਯੋਗ ਸਾਹਮਣੇ ਆ ਰਿਹਾ। ਪੰਜਾਬ ਦੇ ਵਿੱਚ ਵੀ ਨਸ਼ੇ ਦੀ ਢਵਾਈ ਹੋ ਰਹੀ ਹੈ, ਜਾਲੀ ਐਂਬੂਲੈਂਸਾਂ ਤੁਹਾਨੂੰ ਪਤਾ ਹੈ, ਹਰੇਕ ਗੱਡੀ 'ਤੇ ਹਰੇਕ ਦੇ ਵਿੱਚ ਹੀ ਲਾ ਕੇ ਲਾਲ ਬੱਤੀ ਐਂਬੂਲੈਂਸ 'ਤੇ ਬਣ ਜਾਂਦਾ। ਇੱਥੇ ਜਿਹੜਾ ਪਹਿਲਾਂ ਵੀ ਕਿਹਾ ਸੀਗਾ ਕਿ ਆਹ ਸਥਿਤੀਆਂ ਹੋ ਰਹੀਆਂ, ਦਿੱਲੀ ਦੇ ਵਿੱਚ ਵੀ ਐਂਬੂਲੈਂਸ ਦੇ ਵਿੱਚ ਸ਼ਰਾਬ ਬਰਾਮਦ ਹੋ ਰਹੀ ਹੈ। ਹਾਂ ਬਿਲਕੁਲ ਜੀ, ਦਿੱਲੀ ਦੇ ਵਿੱਚ ਵੇਖਿਆ 84 ਕਿੰਨੀਆਂ ਪੇਟੀਆਂ, 54 ਪੇਟੀਆਂ ਕਿੰਨੀਆਂ ਸ਼ਰਾਬ ਦੀਆਂ ਪੇਟੀਆਂ ਐਂਬੂਲੈਂਸ ਦੇ ਵਿੱਚੋਂ ਬਰਾਮਦ ਹੋਈਆਂ ਜੀ। ਹੁਣ ਸਾਡੀ ਧਾਰਨਾ ਵੇਖੋ, ਅਸੀਂ ਕਿੱਥੇ ਖੜੇ, ਸਾਡੀ ਮਾਨਸਿਕਤਾ ਕਿੱਥੇ ਖੜੀ ਹੈ। ਇਸ ਵੇਲੇ ਦੁਨੀਆਂ ਤੇ ਏਡੀ ਵੱਡੀ ਭੀੜ ਬਣੀ ਆ ਤੇ ਸਾਨੂੰ ਉਹਦੇ ਵਾਸਤੇ ਕੋਈ ਅਰਦਾਸ ਉਦਲੀ ਕਰਨੀ ਚਾਹੀਦੀ ਹੈ, ਕੋਈ ਚਾਹੀਦਾ ਕੰਮ ਕਰਨਾ ਚਾਹੀਦਾ। ਅਜੇ ਵੀ ਅਸੀਂ ਸਵਾਦ ਦੀ ਸ਼ਰਾਬ ਦੀ ਸਮਗਲਿੰਗ ਵਾਸਤੇ ਐਂਬੂਲੈਂਸ ਬਾਰੇ ਜਿੰਮ ਵਰਤ ਰਹੇ ਹਾਂ, ਜਿਹੜੀ ਮਰੀਜ਼ਾਂ ਨੂੰ ਜੀਵਨ ਦਾਨ ਦਿੰਦੀ ਹੈ, ਉਹਦੇ ਵਿੱਚ ਵੀ ਸ਼ਰਾਬ ਲੈ ਕੇ ਜਾ ਰਹੇ ਹੋ, ਮੁਖਬਰੀ ਹੋਈ, ਉਹ ਫੜੀਆਂ ਗਈਆਂ ਪੇਟੀਆਂ। ਹੁਣ ਉਸ ਜਿਹੜੀ ਐਂਬੂਲੈਂਸ ਉੱਤੇ ਕੀ ਕਾਰਵਾਈ ਹੁੰਦੀ, ਡਰਾਈਵਰ ਤੇ ਕੀ ਹੁੰਦੀ, ਲੇਕਿਨ ਇਹਦੀ ਤੁਰ ਤੱਕ ਜਾਣਾ ਚਾਹੀਦਾ ਜੀ। ਇਹ ਸ਼ਰਾਬ ਕਿੱਥੋਂ ਆਈ, ਕਿਹਦੀ ਸੀ, ਕਿੱਥੇ ਜਾਣੀ ਸੀ, ਜੇ ਤੇ ਪੁਲਿਸ ਤੋਂ ਜਾਏਗੀ ਤੇ ਫਿਰ ਦੁਬਾਰਾ ਇਹ ਘਟਨਾ ਨਹੀਂ ਵਾਪਰੇਗੀ, ਤੇ ਜੇ ਇਹ ਨਾ ਹੋਈ ਤੇ ਫਿਰ ਇਹ ਵਾਪਰਨ ਤੋਂ ਆਪਾਂ ਇਨਕਾਰ ਵੀ ਨਹੀਂ ਕਰ ਸਕਦੇ। ਤੁਹਾਨੂੰ ਪਤਾ ਹੋਏਗਾ ਕਿ ਇੱਕ ਦਿੱਲੀ ਜਾਣੀ ਸੀ ਗੱਡੀ, ਕੁਛ ਮੁਲਾਜ਼ਮਾਂ ਨੇ ਕੁਛ ਬੰਦੇ ਜਾਣਾ ਸੀ ਤੇ ਉਹਨਾਂ ਨੇ ਇੱਕ ਮਰੀਜ਼ ਐਂਬੂਲੈਂਸ ਲੈ ਪਾਤਾ, ਮਰੀਜ਼ ਬਣਾ ਕੇ ਉਹਨੂੰ ਲਈ ਜਾਂਦੇ ਸੀ। ਰਸਤੇ 'ਚ ਉਹਨਾਂ ਵੇਖਿਆ, ਚੈੱਕ ਤੇ ਕਰੀਏ ਤਾਂ ਡਾਕੂਮੈਂਟਸ ਵਿਖਾਓ, ਤੁਹਾਡੇ ਕੋਲ ਡਾਕਟਰੀ, ਉਹ ਡਾਕਟਰੀ ਡਾਕੂਮੈਂਟਸ ਵਿਖਾ ਦੱਸਿਆ, ਡਰਾਈਵਰ ਤੋਂ ਉਹਨਾਂ ਛੱਕ ਪਿਆ ਤੇ ਉਹਨਾਂ ਲਾ ਲਿਆ ਥੱਲੇ ਫਿਰ ਉੱਤੇ ਜੀ। ਮਤਲਬ ਇੱਥੋਂ ਤੱਕ ਅਸੀਂ ਦੁਰਵਰਤੋਂ ਕਰ ਰਹੇ ਹਾਂ ਐਂਬੂਲੈਂਸ ਦੀ। ਐਂਬੂਲੈਂਸ ਤੇ ਵਿਰੋਧ ਸਿਰਫ ਤੇ ਸਿਰਫ ਤੁਹਾਨੂੰ ਜੀਵਨ ਦਾਨ ਦੇਣ ਵਾਸਤੇ ਆ, ਜਦੋਂ ਕਿਸੇ ਮਰੀਜ਼ ਦੀ ਐਮਰਜੈਂਸੀ ਹੁੰਦੀ ਆ, ਐਂਬੂਲੈਂਸ ਚ ਪਾ ਕੇ ਉਹਨੂੰ ਰਸਤਾ ਵੀ ਦਿੱਤਾ ਜਾਂਦਾ, ਨੀ ਜਿਸ ਪਹੁੰਚਾਇਆ ਵੀ ਜਾਂਦਾ ਵਾ,
ਇਹਦਾ ਸਤਿਕਾਰ ਕਰੋ, ਇਹਨੂੰ ਮੱਥਾ ਟੇਕੋ, ਸਗੋਂ ਤੁਹਾਨੂੰ ਜੀਵਨ ਦਾਨ ਦਿੰਦੀ ਹੈ। ਤੁਸੀਂ ਦੁਰਵਰਤੋਂ ਕਰਕੇ ਆਪਣੀ ਵੀ ਬਦਨਾਮੀ ਕਰੋ, ਦੂਜਿਆਂ ਦੀ ਵੀ ਕਰਾਉਂਦੇ ਹੋ। ਤੇ ਮੈਂ ਸੋਚਦਾ ਕਿ ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ, ਨਾ ਕਿ ਇੱਕ ਮੂਲੀ ਪਰਚਾ ਦਰਜ ਕਰਕੇ ਤੇ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ। ਜੀ 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 ਜੀ, ਇਹ ਬੜੀ ਵੈਸੇ ਗੱਲ ਉਹੀ ਹੈ ਜੀ। ਤੇ ਤੁਸੀਂ ਬਰਾਤਾਂ ਕੋਲੋਂ ਵਧਾਈਆਂ ਦੀ ਗੱਲ ਕੀਤੀ ਸੀਗੀ, ਹੁਣ ਕੋਈ ਹੋਰ ਰਾਹ ਖੋਲੇ? ਹੁਸ਼ਿਆਰਪੁਰ ਦੀ ਗੱਲ ਹੈ ਜੀ, ਇੱਕ ਵਪਾਰੀ ਸੀ, ਉਹਦੇ ਕੋਲ ਪਾਸ ਵੀ ਸੀਗਾ, ਕਰਫਿਊ ਪਾਸ ਵੀ ਹੈਗਾ ਸੀ। ਕਰਫਿਊ ਪਾਸ ਹੋਣ ਦੇ ਉੱਤੇ ਉਹ ਆਪਣਾ ਸਮਾਨ ਲੈ ਕੇ ਜਾ ਰਿਹਾ ਸੀ ਛੋਟੇ ਹਾਥੀ ਦੇ। ਅੱਛਾ ਜੀ। ਉੱਥੋਂ ਡਰਾਈਵਰ ਕੋਲੋਂ ਜਿਹੜਾ ਉਹਦਾ ਮਾਲਕ ਸੀ, ਉਹਨੇ ਇੱਕ ਥਾਣੇਦਾਰ ਨੇ ਨਾਕਾ ਲਾਇਆ ਸੀ। ਉਹ ਕਹਿੰਦਾ ਇਹ ਤੇਰਾ ਕਰਫਿਊ ਪਰ ਜਲਦੀ ਆ। ਕਹਿੰਦਾ ਜੀ ਜਲਦ ਵੀ ਕਿੱਥੋਂ ਹੋ ਗਿਆ, ਤੇ ਮੇਰੇ ਤੇ ਮਾਲਕ ਨੇ ਮਨਾ ਦਿੱਤਾ, ਇਹਦੀ ਡੇਟ ਲੰਘੀ ਆ, ਮੈਨੂੰ ਨੀ ਪਤਾ ਜੀ। ਇਹਦਾ ਤੂੰ ਆਪਣੇ ਮਾਲਕ ਦਾ ਮੈਨੂੰ ਕਾਰਡ ਦੇ ਜੀ। ਉਹਨੂੰ ਕਾਰਡ ਦੇ ਦਿੱਤਾ, ਕਾਰਡ ਲੈ ਕੇ ਉਹ ਸ਼ਾਮੀ ਜਾ ਕੇ ਥਾਣੇਦਾਰ ਸਾਹਿਬ ਜਿਹੜੇ ਸੀ ਜਾ ਪਹੁੰਚੇ ਉੱਥੇ। ਜਾ ਕੇ ਉਹਨੂੰ ਕਹਿੰਦੇ ਭਾਈ ਸਾਡੀ ਸੇਵਾ ਪਾਣੀ ਕਰੋ ਜੀ। ਤੇ ਮਾਲਕ ਨੇ ਇਹ ਸੋਚਿਆ, ਮਾਲਕ ਦੇ ਮੁਨੀਮ ਨੇ ਫੋਨ ਕੀਤਾ, ਮਹਾਰਾਜ ਇੱਦਾਂ ਥਾਣੇਦਾਰ ਸਾਹਿਬ ਦੀ ਸੇਵਾ ਪਾਣੀ ਕਰੋ। ਕਹਿੰਦਾ ਯਾਰ ਡੇਰੇ ਤੋਂ ਦੇਖ ਲਓ, ਦੋ ਦਰਜਨ ਕੀ ਕਰਨਾ ਆਪਾਂ। ਜਦੋਂ ਉਹਨੇ ਗੱਲ ਕੀਤੀ, ਕਹਿੰਦਾ ਤੂੰ ਕਿਹਦੇ ਦੋ ਦਰਜਨ ਦੀ ਗੱਲ ਕਰਦਾ, ਮੈਂ ਤੇਰੀ ਗੱਡੀ ਫਿਰ ਕਿਹੜੀ ਤਰ੍ਹਾਂ ਮੌਕ ਕਰਦਾ ਕੱਲ ਨੂੰ, ਤੂੰ ਆਏ ਲੰਘੀ ਸੀ ਉੱਧਰ, ਤੂੰ ਤੇਰਾ ਪਾਸ ਜਾਲੀ, ਤੇਰਾ ਕਰਫਿਊ ਤੂੰ ਕਰਦਾ ਕੀ ਆ। ਉਹ ਕਹਿੰਦਾ ਮਹਾਰਾਜ ਦੱਸੋ ਕਰੀਏ ਕੀ ਨਾ ਕਰੀਏ। ਕਹਿੰਦਾ ਅਸੀਂ ਚਾਰ ਬੰਦੇ ਆ, ਰੁਪਈਆ 2000 ਚਾਹੀਦਾ, ਮੈਂ ਆਪਣਾ ਪੜਿਆ ਵਿਚਾਰ ਲਈ। ਤੇ ਉਸ ਮਹਾਂਪੁਰਸ਼ ਨੇ ਕੀ ਕੀਤਾ, 1000 ਰੁਪਈਆ ਦੇ ਕੇ ਦਾਨ ਛਡਾਈ, ਤੇ ਉਹਦੀ ਸੀਸੀਟੀਵੀ ਕਮਰੇ ਤੇ ਪੂਰੀ ਦੀ ਪੂਰੀ ਰਿਕਾਰਡਿੰਗ ਹੋਈ। ਅੱਛਾ ਜੀ। ਉਹ ਹੁਣ ਜਿਹੜੀ ਪੁਲਿਸ ਅਫਸਰ ਉਹ ਗਈ ਆ, ਤੇ ਪੁਲਿਸ ਅਫਸਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕਹਿੰਦੇ ਜੀ ਅਸੀਂ ਇਨਕੁਆਇਰੀ ਕਰਾਂਗੇ, ਇਨਕੁਆਇਰੀ ਕਰਕੇ ਕੋਈ ਕਾਰਵਾਈ ਕਰਾਂਗੇ। ਤੇ ਪੁਲਿਸ ਨੇ ਇੱਕ ਨਵਾਂ ਫਾਰਮੂਲਾ ਹੋਰਲਾ ਪਿਆ ਵੀ ਜੇ ਕਿਤੇ ਮਾੜਾ ਮੋਟਾ ਖੋਲ ਵੀ ਗਿਆ ਧਾੜੀਆਂ ਸੈਂਸ਼ਨ ਕੈਮੋਲੋਜੀ ਵਾਸਤੇ, ਤੇ ਤੁਸੀਂ ਉਹਨਾਂ ਕੋਲੋਂ ਜਿਹੜੀ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿਓ। ਇਹ ਜੋ ਮਰਜ਼ੀ ਹੋਵੇ, ਜਿਹੜੇ ਬੰਦਿਆਂ ਦੇ ਮੂੰਹ ਨੂੰ ਲਹੂ ਲੱਗਾ ਉਹ ਹਟ ਨਹੀਂ ਸਕਦੇ। ਵੈਸੇ ਜਿਹੜਾ ਉਹੀ ਗੱਲ ਹੈ ਨਾ, ਜਦੋਂ ਲਹੂ ਨੂੰ ਮੂੰਹ ਲੱਗ ਜਾਏ, ਜਾਂ ਜਿਵੇਂ ਆਪਾਂ ਪੁਰਾਣੀ ਕਹਾਵਤ ਕਹਿੰਦੇ ਨਾ, ਬਲਦ ਰੱਸਾ ਚੱਬਣ ਲੱਗ ਜਾਏ ਨਾ, ਜਦੋਂ ਆਪਦਾ ਰੱਸਾ ਕਹਿੰਦੇ ਭਾਵੇਂ ਤੇ ਗੋਹਾ ਵੀ ਲਾ ਦਿਓ, ਮੂਤ ਵੀ ਲਾ ਦਿਓ, ਫੇਰ ਵੀ ਨਹੀਂ ਹਟਦਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਂ ਆਪਣੇ ਬੇਟੇ ਨਾਲ ਪਿੱਛੇ ਗੱਲ ਕਰਨ ਡਿਆ, ਮੈਂ ਕਿਹਾ ਪੁਲਿਸ ਮੁਖੀ ਮਰ ਜੂ, ਆਹਦਾ ਨਹੀਂ 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 ਵੇਖੋ ਰਖਵਾਈ ਕਰਨਾ ਨਹੀਂ। ਵਾਕਿਆ ਸਹੀ ਗੱਲ। ਅੱਜ ਦੀ ਡੇਟ ਦੇ ਵਿੱਚ ਵੀ ਜਿਹਦੇ ਕੋਲ ਕਰਫਿਊ ਪਾਸ ਆ, ਉਹਨੂੰ ਲੰਘਣ ਵਾਸਤੇ ਵੀ ਜਿਹੜਾ ਕੋਈ ਸਿਫਾਰਿਸ਼ ਚਾਹੀਦੀ ਆ ਜਾਂ ਕੋਈ ਮਾਮਲਾ ਚਾਹੀਦਾ, ਤੇ ਫਿਰ ਤੁਸੀਂ ਲੰਘ ਸਕਦੇ ਹੋ। ਨਹੀਂ ਤੇ ਇੱਕੋ ਗੱਲ ਕਹਿੰਦੇ ਜੀ, ਜਾਂਦੀ ਜੀ ਅਸੀਂ ਮੰਨਦੇ ਨਹੀਂ ਇਹਨੂੰ, ਜਿਹਨੂੰ ਮਰਜ਼ੀ ਕਹਿ ਦਿਓ ਜੀ। ਜਿੰਨਾ ਚਿਰ 2-4 ਦੇ ਖਿਲਾਫ਼ ਕਾਰਵਾਈ ਨੇ ਕੀਤੀ, ਬਾਈ ਕਰਫਿਊ ਪਾਸ ਲੈ ਕੇ ਆਇਆ ਉਹਨੂੰ ਜਾਣ ਦਿਓ ਤੁਸੀਂ। ਮੈਂ ਕੱਲ ਪਰਸੋਂ ਦੀ ਗੱਲ ਦੱਸਣ ਲੱਗਾ ਵੀ ਜਿਹੜੇ ਤੁਹਾਨੂੰ ਪਤਾ ਸੋਰੀ ਅਖਬਾਰਾਂ ਵਾਲਿਆਂ ਨੂੰ ਛੋਟ ਆ, ਤੁਸੀਂ ਆਪਣੀ ਅਖਬਾਰਾਂ ਵੰਡ ਸਕਦੇ ਹੋ ਜੀ। ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਇੱਕ ਅਖਬਾਰਾਂ ਲੈਣ ਵਾਸਤੇ ਆਉਂਦਾ ਵਾ ਇੱਕ ਏਜੰਟ, ਉਹ ਕਹਿੰਦਾ ਮੇਰੀਆਂ 1100 ਅਖਬਾਰਾਂ ਵਿਕਦੀਆਂ ਸੀ, 400 ਰਹਿ ਗਈਆਂ, ਤੂੰ ਮੇਰੇ ਕੱਲ ਦਾ ਸ਼ਬਦ ਆਇਆ ਵੀ ਨਹੀਂ ਗਾ ਜੀ। ਕਹਿੰਦਾ ਮੈਂ ਅੰਮ੍ਰਿਤਸਰ ਨਾਕੇ ਤੇ ਆਇਆ, ਉਹਨੂੰ ਕਿਹਾ ਜੀ ਮੈਂ ਅਖਬਾਰਾਂ ਵਾਲੇ ਹੈਗੇ, ਸਾਨੂੰ ਵੇਖਿਓ ਆ ਪੁਲਿਸ ਵਾਲੇ ਲਿਖ ਕੇ ਦਿੱਤਾ, ਮੈਂ ਨੀ ਮੰਨਦਾ, ਜਿੱਥੋਂ ਦੀ ਮਰਜ਼ੀ ਜਾਓ ਮੈਂ ਨੀ ਜਾਣ ਦੇਣਾ ਜੀ। ਫਿਰ ਉਹ ਪੁਲਿਸ ਵਾਲੇ ਨਾਲ ਪੁਲਿਸ ਦੀ ਗੱਲ ਕਰਾਈ, ਤੇ ਫਿਰ ਉਹਨੇ ਲੰਘਣ ਦਿੱਤਾ ਅੱਗੇ ਨਾ ਕਿ ਹੋਰ ਸੀ ਵੀ ਇਹ ਵਿਚਾਰਾ ਗਲੀਆਂ ਗੁਲੀਆਂ ਦੇ ਵਿੱਚ ਹੋ ਕੇ ਆਪਣਾ ਬੜੀ ਮੁਸ਼ਕਿਲ ਨਾਲ ਪੁੱਜਾ ਜੀ ਖਬਰਾਂ ਲੈਣ ਵਾਸਤੇ। ਲੱਖੋ ਜੇ ਤੁਸੀਂ ਆਪਣੇ ਹੁਕਮ ਨਹੀਂ ਮੰਨਦੇ, ਕਰਫਿਊ ਪਾਸ ਨੂੰ ਨਹੀਂ ਮੰਨਦੇ, ਤੇ ਫਿਰ ਠੀਕ, ਲੋਕੀ ਫਿਰ ਆਪੇ ਆਪਣੇ ਬਗਾਵਤ ਕਰਨਗੇ ਕਰਨਗੇ। ਬਿਲਕੁਲ ਬਿਲਕੁਲ ਹਾਂਜੀ। ਜੇ ਫਿਰੋਜ਼ਪੁਰ ਘਟਨਾ ਵਾਪਰੀ ਤੇ ਕਿਉਂ ਵਾਪਰੀ? ਆਉਣ ਵਾਲੇ ਸਮੇਂ ਚ ਇਹੋ ਜਿਹੀਆਂ ਘਟਨਾਵਾਂ ਹੋਰ ਵਾਪਰਨ ਦੀਆਂ ਜਿਹੜੀਆਂ ਉਹ ਬੜੇ ਮੌਕੇ ਆਉਣੇ, ਬੜਾ ਜਿਹੜੇ ਸ਼ੱਕ ਕੀਤਾ ਜਾਂਦਾ ਵੀ ਆਉਣ ਵਾਲੇ ਸਮੇਂ ਚ ਇਹ ਘਟਨਾਵਾਂ ਵਾਪਰੀਆਂ, ਲੋਕ ਤੰਗ ਹੋਏ ਬੈਠੇ ਘਰਾਂ ਦੇ ਵਿੱਚ ਜੀ। ਲੋਕਾਂ ਨੂੰ ਸੋਚਦਾ ਨੀ ਕਰੀਏ ਕੀ, ਜਿਹੜਾ ਬੰਦਾ ਸਵੇਰੇ ਆਪਣੇ ਕੰਮ ਤੇ ਜਾਂਦਾ ਸੀ, ਸ਼ਾਮੀ ਆਉਂਦਾ ਸੀ, 4 ਪੈਸੇ ਕਮਾ ਕੇ ਆਉਂਦਾ ਸੀ, ਉਹ ਵਿਹਲਾ ਬੈਠਾ ਹੁਣ। ਇਸ ਕਰਕੇ ਇਹਨਾਂ ਲੋਕਾਂ ਨੂੰ ਪੁਲਿਸ ਵਾਲਿਆਂ ਨੂੰ ਥੋੜੀ ਜਿਹੀ ਦਿਆਨਦਾਰੀ ਵਰਤਣੀ ਚਾਹੀਦੀ ਹੈ ਵੀ ਕੋਈ ਇਹ ਨੀ, ਮੈਂ ਸਾਰੇ ਬਾਰੇ ਗੱਲ ਕਰਦਾ, ਕੁਛ ਬੰਦੇ ਭਲੇ ਵੀ ਹੈਗੇ ਆ ਜੀ, ਜਿਹੜੇ ਵਹਿੰਦੇ ਵੀ ਇਹਦੀ ਜਿਹੜੀ ਪ੍ਰੋਬਲਮ ਜੈਨੂਨ ਹੈਗੀ ਆ, ਜੇ ਜੈਨੂਨ ਨੂੰ ਜਾਣ ਦਿੰਦੇ ਆ ਵੀ ਜਾਓ ਜੀ ਤੁਸੀਂ, ਕੋਈ ਗੱਲ ਨੀ। ਹੁਣ ਇੱਕ ਇੱਕ ਪੁਲਿਸ ਵਾਲੇ ਨੇ ਵੇਖੋ ਜੀ, ਉਹਦੇ ਕੋਲ ਇੱਦਾਂ ਮਰੀਜ਼ ਗਿਆ ਤੇ ਉਹਦੀ ਕੋਈ ਖੰਡ ਵਾਲਾ ਕੋਈ ਨੀ ਸੀ, ਉਹਨੇ ਉਹਨੂੰ ਆਪਣੇ ਮੋਟਰਸਾਈਕਲ ਤੇ ਬਾ ਕੇ ਖੜਿਆ ਤੇ ਉਹਨੂੰ ਪੈਸੇ ਦਿੱਤੇ ਆਪਣੇ ਕੋਲ ਜੀ। ਮੈਂ ਬਾਈ ਤੇਰੇ ਕੋਲ ਪੈਸੇ ਨੀ ਹੈਗੇ, ਤੂੰ ਪੈਸੇ ਵੀ ਲੈ ਲੈ ਤੇ ਆਪਣਾ ਇਲਾਜ ਕਰਾ, ਬਾਅਦ ਚ ਕਰਨਾ ਗੱਲ ਜਿਹੜੀ ਗੱਲ ਹੋ ਗਈ, ਕੋਈ ਗੱਲ ਨੀ ਜੀ। ਇਹੋ ਜਿਹੇ ਭਲੇ ਪੁਰਸ਼ ਵੀ ਹੈਗੇ ਆ, ਇਹੋ ਜਿਹੇ ਮਾੜੇ ਵੀ ਹੈਗੇ ਆ ਵੀ ਜਿਹੜੇ ਕਹਿੰਦੇ ਕਿ ਆਏ ਹੋ ਤੁਸੀਂ, ਕਿਉਂ ਆਏ ਹੋ ਜੇ ਚੱਲੇ ਤੇ ਕੀ ਦੇ ਕੇ ਚੱਲਨੇ ਹੋ। ਹਾਂ ਬਿਲਕੁਲ। ਵੈਸੇ ਪੱਟੀ ਸਾਹਿਬ ਦੇਖੋ, ਕੁਛ ਹੁਣ ਤਸਵੀਰਾਂ ਮੈਂ ਹੁਣੇ ਦੇਖ ਰਿਹਾ ਸੀ, ਉਹ ਬਿਲਕੁਲ ਗੱਲ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿੱਥੋਂ ਦੀ ਹੈ। ਬਠਿੰਡੇ ਦੀ ਵੀ ਗੱਲ ਹੋਈ ਕਿ ਆਪਣੇ ਮਨਪ੍ਰੀਤ ਸਿੰਘ ਬਾਦਲ ਨੇ ਮੇਰੇ ਨਾਲ ਇੰਟਰਵਿਊ ਕਰਦਿਆਂ ਗੱਲ ਕਹੀ ਕਿ ਮਾਮਲਾ ਹੁਣ ਰਾਸ਼ਨ ਦਾ ਨਹੀਂ, ਮਾਮਲਾ ਹੁਣ ਮੈਨੂੰ ਦਾ ਆ ਗਿਆ, ਤੁਸੀਂ ਕੀ ਦੇਣ ਜਾ ਰਹੇ ਹੋ। ਇੱਕ ਥਾਂ 'ਤੇ ਵੀਡੀਓ ਆ ਰਹੀ ਹੈ ਜੀ, ਉੱਥੇ ਕਹਿੰਦੇ ਖਾਣਾ ਖਵਾਉਣ ਲੱਗੇ ਸੀ,
ਕਹਿੰਦੇ ਖਾਣਾ ਪਸੰਦ ਨਹੀਂ ਆਇਆ, ਜਿਹੜੇ ਖਾਣਾ ਖਾਣ ਆਏ ਉਹਨਾਂ ਨੇ ਉਹਨਾਂ ਦੇ ਭਾਂਡੇ ਟਿੰਡੇ ਵਿਚਾਰਿਆਂ ਦੇ ਤੋੜਤੇ। ਹੁਣ ਅਸਲ ਦੇ ਵਿੱਚ ਗੱਲ ਕੀ ਹੈ ਕਿ ਜਿਹੜੇ ਅਸਲ ਗਰੀਬ ਨੇ, ਮੈਂ ਗੱਲ ਕਹਿੰਦਾ ਕਿ ਜਿਹੜੇ ਹੁਣ ਕਹਿਣਾ ਨਹੀਂ ਚਾਹੀਦਾ, ਫਿਰ ਇੱਥੇ ਰੇਸਿਜ਼ਮ ਵਾਲੀ ਗੱਲ ਆ ਜਾਂਦੀ ਹੈ, ਜਿਹੜੇ ਸਾਡੇ ਪਿੰਡਾਂ ਦੇ ਵਿੱਚ ਗਰੀਬ ਬੈਠੇ ਆ, ਭਾਵੇਂ ਉਹਨਾਂ ਦੇ ਕੋਲ ਕੱਚਾ ਕੋਠਾ ਜਾਂ ਪੱਕਾ ਕੋਠਾ ਹੈਗਾ, ਪਰ ਉਹਨਾਂ ਦੇ ਕੋਲ ਅਗਲਾ ਕਹਿੰਦਾ ਯਾਰ ਇਹਦੇ ਕੋਲ ਤਾਂ ਪੱਕਾ ਕੋਠਾ, ਆ ਝੁੱਗੀ ਵਾਲੇ ਦੇ ਕੁਛ ਹੈ ਨਹੀਂ, ਝੁੱਗੀ ਫਰੋਲੋ ਤਾਂ ਵਿੱਚੋਂ ਲੱਖਾਂ ਰੁਪਈਆ ਮਿਲਦਾ। ਉਹੀ ਲੋਕ ਸੜਕਾਂ 'ਤੇ ਆ ਕੇ ਡਿੱਠ ਕਰੀ ਜਾਂਦੇ ਆ, ਉਹੀ ਲੋਕ ਜਿਹੜੇ ਨੇ ਪੂੜੀਆਂ ਛੋਲੇ ਲੈ ਕੇ ਅੰਦਰ ਢੇਰੀ ਮਾਰ ਕੇ ਸੁੱਕਾ ਰਾਸ਼ਨ ਵੇਚੀ ਜਾਂਦੇ। ਇੱਕ ਬੰਦੇ ਨੇ ਕੱਲ੍ਹ ਪਰਸੋਂ ਮੈਂ ਦੇਖ ਰਿਹਾ ਸੀਗਾ ਕਿ ਇੱਕ ਝੁੱਗਿਆਂ ਦੇ ਵਿੱਚੋਂ ਸੁੱਕੀਆਂ ਜਿਹੜੀਆਂ ਰੋਟੀਆਂ 2 ਕੁਇੰਟਲ ਬੰਦਾ ਮੁੱਲ ਖਰੀਦ ਕੇ ਲੱਗਿਆ। ਦੱਸੋ ਆਹ ਸਥਿਤੀਆਂ ਕੀ ਹੋ ਰਹੀਆਂ ਨੇ? ਬਿਲਕੁਲ ਜੀ, ਤੁਹਾਡੀ ਗੱਲ ਠੀਕ ਆ ਵੀ ਪਹਿਲੀ ਗੱਲ ਤੇ ਇਹ ਆ ਵੀ ਇੰਨੀ ਕਾਹਲੀ ਸਾਨੂੰ ਨਹੀਂ ਸੀ ਕਰਨੀ ਚਾਹੀਦੀ ਵੀ ਰਾਸ਼ਨ ਲੈ ਕੇ ਮਗਰ ਮਗਰੇ ਭੱਜੇ ਫਰੀ ਅਸੀਂ ਜੀ। ਅਸੀਂ ਸਮੇਂ ਤੋਂ ਪਹਿਲਾਂ ਕਾਹਲੀ ਕਰਤੀ, ਅਜੇ ਮੌਕਾ ਆਉਣਾ ਵਾ। ਜਿੱਦਣ ਤੁਹਾਡਾ ਇਹ ਖੁੱਲ ਗਿਆ ਨਾ ਲਾਕਡਾਊਨ ਖੁੱਲ ਗਿਆ, ਉਸ ਦਿਨ ਮੌਕਾ ਆਉਣਾ ਵਾ ਤੇ ਇਮੀਡੀਏਟਲੀ ਲੋਕਾਂ ਨੂੰ ਕੋਈ ਕਾਰੋਬਾਰ ਨਹੀਂ ਮਿਲਣਾ, ਨਾ ਕੋਈ ਸਾਰੀ ਸ਼ੁਰੂ ਹੋਣੀ ਆ, ਨਾ ਕੋਈ ਰੋਡ ਵਰਕ ਸ਼ੁਰੂ ਹੋਣਾ ਵਾ, ਨਾ ਕੋਈ ਦੁਕਾਨ ਦਾ ਕੰਮ ਸ਼ੁਰੂ, ਕੋਈ ਇਮੀਡੀਏਟਲੀ ਸ਼ੁਰੂ ਨਹੀਂ ਹੋਣਾ। ਉਸ ਟਾਈਮ ਤੇ ਸਾਨੂੰ ਜੇ ਲੋੜ ਪੈਣੀ ਮੁੜ ਕੇ ਕੀ ਕਹਿਣਾ ਵੀ ਚਲੋ ਠੀਕ ਹੈ ਜੀ ਹੁਣ ਖੁੱਲ ਗਿਆ ਲੋਕੀ ਆਪੇ ਕਮਾਈ ਕਰਨ, ਉਦੋਂ ਲੋੜ ਪੈਣੀ ਸਾਨੂੰ ਗਰੀਬਾਂ ਦੀ ਮਦਦ ਕਰਨ ਵਾਸਤੇ। ਗਰੀਬਾਂ ਦੀ ਜਿਹੜੀ ਗੱਲ ਤੁਸੀਂ ਕਹੀ ਆ ਵੀ ਕਈ ਘਰਾਂ ਦੇ ਵਿੱਚ, ਤੁਹਾਡੇ ਬਠਿੰਡੇ ਦੀ ਗੱਲ ਸੀ ਵੀ ਜਦੋਂ ਉਹ ਲੈ ਕੇ ਗਏ ਖਾਣਾ ਲੈ ਕੇ ਗਏ ਤੇ ਉਹ ਕਹਿੰਦੇ ਖਾਣਾ ਲੈਣ ਵਾਸਤੇ ਆ ਗਏ, 3-4 ਬੰਦੇ ਤੇ ਜਾ ਕੇ ਵੇਖਿਆ ਤੇ ਉਹਨਾਂ ਦੇ ਘਰ ਦੇ ਮੁਰਗੇ ਬਣੇ ਪਏ। ਕੱਲੀ ਬਠਿੰਡੇ ਨੀ, ਬੜੇ ਥਾਵਾਂ ਤੇ ਐਵੇਂ ਕਿ ਤੁਹਾਡੇ ਇੱਥੇ ਕੀ ਕਹਿੰਦੇ ਆ ਨਿਊ ਰਾਜਗੁਰੂ ਨਗਰ ਜਿਹੜਾ ਹੈਗਾ ਉੱਥੋਂ ਦੀ ਆਈ ਹੈ ਜੀ, ਬੜੇ ਥਾਵਾਂ ਤੋਂ ਆਈ। ਹਾਂਜੀ ਹਾਂਜੀ, ਪਠਾਨਕੋਟ ਦੀ ਵੀ ਆਈ ਇਸੇ ਤਰ੍ਹਾਂ ਹੀ ਆਈ ਜਿਹੜੀ। ਇਸ ਕਰਕੇ ਇਹਦੀ ਜਿਹੜੀ ਦੁਰਵਰਤੋਂ ਜ਼ਿਆਦਾ ਹੋ ਰਹੀ ਆ, ਤੇ ਇਹਦੇ ਬਾਰੇ ਜਥੇਦਾਰ ਸਾਹਿਬ ਨੇ ਵੀ ਕਿਹਾ ਸੀ ਅਕਾਲ ਤਖ਼ਤ ਤੇ, ਉਹਨਾਂ ਕਿਹਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ, ਅਜੇ ਬੜਾ ਸਮਾਂ ਪਿਆ ਵਾ, ਅਜੇ ਬਹੁਤ ਕੁਛ ਕਰਨਾ ਪੈਣਾ ਆਪਾਂ ਨੂੰ, ਜਿਹੜਾ ਹਰ ਕਰ ਉਹ 2-4-5 ਦਿਨ 10 ਦਿਨ ਦਾ ਆਟਾ ਪਿਆ ਹੀ ਹੁੰਦਾ, ਇੰਨੀ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਨਾ ਵੀ ਹੋਵੇ ਤੇ ਇੱਕ ਅੱਧੇ 2-4 ਦਿਨ ਵਾਸਤੇ ਗੰਢ ਵਗੜਾ ਮੰਗ ਲੈਂਦਾ ਵਾ ਵੀ ਮੈਂ ਗੰਢ ਲੈ ਆਵਾਂ, ਲੇਕਿਨ ਸਾਡੇ ਲੋਕਾਂ ਨੇ ਸੋਚਿਆ ਹੀ ਨੀ, ਫਟਾਫਟ ਤੁਰ ਪਈ ਵੀ ਅਸੀਂ ਆਹ ਵੰਡ ਲਈ ਸੀ ਉਹ ਵੰਡ ਲਈ, ਫਿਰ ਲੋਕਾਂ ਨੇ ਦੁਰਵਰਤੋਂ ਕਰਨੀ ਕਰਨੀ। ਬਿਲਕੁਲ ਐਵੇਂ, ਹੁਣ ਜੇ ਧੱਕੇ ਨਾਲ ਕਿਸੇ ਦੇ ਘਰੇ ਸਿੱਟੋਗੇ ਤਾਂ ਫਿਰ ਤਾਂ। ਦੂਜੀ ਗੱਲ ਕਰਦੇ ਜੀ ਆਪਾਂ, ਇੱਕ ਪਾਸੇ ਤੇ ਵੇਖੋ ਬੀਬੀ ਹਰਸਿਮਰਤ ਬਾਦਲ ਜਿਹੜੀ ਆ ਉਹ ਕਹਿ ਰਹੀ ਆ ਵੀ ਕੇਂਦਰ ਸਰਕਾਰ ਨੇ ਸਟੇਟ ਨੂੰ ਇੰਨੇ ਫੰਡ ਭੇਜੇ ਆ ਤੇ ਇਹ ਫੰਡ ਜਿਹੜੇ ਆ ਉਹ ਕੈਪਟਨ ਸਰਕਾਰ ਜਿਹੜੀ ਵਰਤ ਨਹੀਂ ਰਹੀ, ਗਰੀਬਾਂ ਤੱਕ ਰਾਸ਼ਨ ਨਹੀਂ ਪਹੁੰਚਾ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਕਹਿ ਤਾ ਜੀ ਬੀਬੀ ਝੂਠ ਬੋਲਦੀ, ਉਹਨੂੰ ਝੂਠ ਬੋਲਣ ਦੀ ਆਦਤ ਹੈ, ਇਹ ਗੱਲ ਸਹੀ ਨਹੀਂ, ਸਾਡੇ ਕੋਲ ਫੰਡ ਜਿਹੜਾ 2,360 ਕਰੋੜ ਆ ਸਾਡੇ ਆਪਣੇ ਜੀਐਸਟੀ ਦੇ ਨੇ, ਸਾਨੂੰ ਕੋਈ ਹੋਰ ਆਇਆ ਨੀ। ਤੇ ਦੂਜੇ ਬਾਰੇ ਜਥੇਦਾਰ ਸਾਹਿਬ ਨੇ ਵੀ ਬੀਬੀ ਦੇ ਵਿਰੁੱਧ ਇਹ ਕਹਿ ਦਿੱਤਾ ਅੱਜ ਵੀ ਵੇਖੋ ਸੈਂਟਰ ਸਰਕਾਰ ਨੂੰ ਚਾਹੀਦਾ ਵੀ ਇਮੀਡੀਏਟਲੀ ਜਿਹੜੇ ਆ ਉਹ ਸਟੇਟ ਗਵਰਨਮੈਂਟ ਨੂੰ ਫੰਡ ਭੇਜੇ ਤਾਂ ਕਿ ਗਰੀਬਾਂ ਦੀ ਮਦਦ ਕੀਤੀ ਜਾ ਸਕੇ। ਜਾਂ ਤੇ ਜਥੇਦਾਰ ਸਾਹਿਬ ਨੂੰ ਪਤਾ ਨੀ ਬੀਬੀ ਜੀ ਨੇ ਕੀ ਬਿਆਨ ਦਿੱਤਾ ਵਾ, ਤੇ ਜਾਂ ਫਿਰ ਕੋਈ ਖਾਸ ਦੋਸਤੀ ਲੱਗਦੀ ਕੈਪਟਨ ਸਾਹਿਬ ਨਾਲ ਵੀ ਉਹਨਾਂ ਦਿੱਤਾ, ਜਾਂ ਫਿਰ ਜਿਹੜੀ ਉਹਨਾਂ ਨੇ ਜੇ ਗੱਲ ਸਹੀ ਕਹੀ ਹੈ ਤੇ ਫਿਰ ਠੀਕ, ਉੱਥੇ ਡਟੇ ਰਹਿਣ ਹੁਣ ਵੀ ਵਾਕਿਆ ਉਹਨਾਂ ਨੇ ਗੱਲ ਕਹੀ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਸਟੇਟ ਦੀ ਮਦਦ ਕਰੇ, ਬਣਦਾ ਵੀ ਹੈਗਾ। ਨਾਲ ਉਹਨਾਂ ਨੇ ਹੋਰ ਵੀ ਗੱਲਾਂ ਕੀਤੀਆਂ, ਉਹਨਾਂ ਨੇ ਕਿਹਾ ਜੀ ਵੇਖੋ ਜਿਹੜਾ ਭਾਈ ਨਿਰਮਲ ਸਿੰਘ ਆ ਉਹ ਪਰਿਵਾਰ ਨੂੰ ਸੰਤੁਸ਼ਟੀ ਨਹੀਂ, ਅਸੀਂ ਵੀ ਚਾਹੁੰਦੇ ਉਹਨਾਂ ਦੀ ਸੰਤੁਸ਼ਟੀ ਵਾਸਤੇ ਜੇ ਕਿਤੇ ਉਹ ਸੀਬੀਆਈ ਦੀ ਜਾਂਚ ਮੰਗਦੇ ਉਹ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਫਿਰ ਇਹ ਵੀ ਗੱਲ ਕਹੀ ਵੀ ਭਾਈ ਹੁਣ ਤੁਸੀਂ ਦੇਸੀ ਖਾਣੇ ਛੱਡ ਦਿਓ, ਪੀਜੇ ਪੂਜੇ ਛੱਡ ਦਿਓ, ਜਿਹੜੇ ਬਿਮਾਰ ਕਰਦੇ ਲੋਕਾਂ ਨੂੰ, ਜਿਹੜੇ ਆਮ ਦੇਸੀ ਘਰ 'ਚ ਖਾਣੇ ਖਾਣਾ ਆਪਾਂ ਉਹੀ ਖਾਓ, ਚੰਗੀ ਗੱਲ ਆ ਜੀ। ਤੇ ਖੰਨਾ ਪੁਲਿਸ ਬਾਰੇ ਜਿਹੜੀ ਘਟਨਾ ਵਾਪਰੀ ਉਹਦੀ ਉਹਨਾਂ ਕਰੜੇ ਸ਼ਬਦ ਨਿਖੇਧੀ ਕਰਦਿਆਂ ਦੀ ਗੱਲ ਵੀ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਆ, ਜੋ ਕੁਛ ਇੱਕ ਅਮਰਧਾਰੀ ਸਿੰਘ ਨਾਲ ਕੀਤਾ ਗਿਆ ਉਹ ਪੁਲਿਸ ਦੀ ਇੰਤਹਾ ਵਾ, ਇੰਤਹਾ ਲਫ਼ਜ਼ ਬੜਾ ਮਾੜਾ ਹੁੰਦਾ, ਇੰਤਹਾ ਵਾ। ਇਹਦੇ ਵੇਹਦੇ ਵਿੱਚ ਤੁਸੀਂ ਉਹਨਾਂ ਦੀ ਇੱਕ ਅਮਰਧਾਰੀ ਸਿੰਘ ਨਾਲ ਤੁਸੀਂ ਜੋ ਸਲੂਕ ਕੀਤਾ ਉਹ ਮਾੜਾ ਕੀਤਾ, ਤੇ ਇਹਦੇ ਵਾਸਤੇ ਪੰਜਾਬ ਪੁਲਿਸ ਤੇ ਪੰਜਾਬ ਸਰ ਇਮੀਡੀਏਟਲੀ ਉਸ ਥਾਣੇਦਾਰ ਦੇ ਖਿਲਾਫ਼ ਕਾਰਵਾਈ ਕਰੇ ਜੀ। ਲੇਕਿਨ ਤੁਹਾਡੇ ਸਾਹਮਣੇ ਪੰਜਾਬ ਸਰਕਾਰ, ਪੰਜਾਬ ਪੁਲਿਸ ਨੇ ਧਿਆਲ ਦੀ ਘੜੀ ਜਿਹੜਾ ਸੀ ਉਹਦਾ ਤੱਪੜ ਝੜੀ ਕਰ ਦਿੱਤੀ ਆ ਤੇ ਕੋਈ ਕਾਰਵਾਈ ਨਹੀਂ ਕੀਤੀ, ਤੇ ਮੈਂ ਸੋਚਦਾ ਵੀ ਇਸ ਤਰ੍ਹਾਂ ਜੇ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਬਹੁਤੇ ਕੋਈ ਹਾਲਾਤ ਸਿਖਾਵੇ ਨੇ ਲੋਕਾਂ 'ਚ, ਜੇ ਕਿਤੇ ਇਹ ਰੋਸ ਵੱਧਦਾ ਗਿਆ ਝੁੱਗੀਆਂ ਕਹਿ ਦਈਏ ਜੇ ਅਮਰੀਕਾ ਦੇ ਵਿੱਚ ਵੀ ਇੱਕੋ ਚੀਜ਼ ਦਾ ਟ੍ਰੈਂਡ ਆਇਆ, ਉੱਥੇ ਵੀ ਲੋਕਾਂ ਨੇ ਜੇ ਬੰਦੂਕਾਂ ਖਰੀਦੀਆਂ ਤਾਂ ਉਹਨਾਂ ਨੂੰ ਵੀ ਇਹੀ ਹੈ ਕਿ ਅਜਿਹੇ ਲੋਕ ਨਾ ਪੈ ਜਾਣ ਸਾਨੂੰ। ਬਿਲਕੁਲ ਜੀ ਜੀ, ਕਾਲ ਲੈ ਲਈਏ ਜੀ 9164-98-149 ਤੇ ਆਉਣੇ ਰੋ ਜੀ ਤੁਸੀਂ।
ਭੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਜਿਵੇਂ ਆਪਾਂ ਵੰਡ ਦੀ ਗੱਲ ਕਰਦੇ ਪਏ ਹਾਂ, ਰਾਸ਼ਨ ਵੰਡਣ ਦੀ, ਗਰੀਬਾਂ ਤੱਕ ਪਹੁੰਚਾਉਣ ਦੀ, ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤੁਸੀਂ ਕਿ ਜਦੋਂ ਤੁਸੀਂ ਦਲਵੇ ਸਾਹਿਬ ਜਾਂਦੇ ਰਹੇ ਹੋ, ਜਦੋਂ ਹੜ ਆਏ ਨੇ, ਹੜਾਂ ਦੀ ਵਾਰੀ ਵੀ ਇਹੋ ਕੁਛ ਹੀ ਹੋਇਆ ਸੀ ਕਿ ਸੜਕਾਂ ਤੇ ਢੇਰ ਲੱਗੇ ਸੀ। ਬਿਲਕੁਲ ਬਿਲਕੁਲ। ਤੇ ਜਿਹੜੇ ਗਰੀਬ ਗੁਰਬ ਜਿੰਨਾ ਤੱਕ ਅਸਲ ਵਿੱਚ ਪਹੁੰਚਣਾ ਸੀ, ਉੱਥੇ ਉੱਥੇ ਤੱਕ ਪਹੁੰਚੇ ਨਹੀਂ ਸੀ। ਰਾਤ ਚ ਪਹਿਲਾਂ ਹੀ ਆਣ ਕੇ ਤੇ ਉਹ ਇੱਕ ਕਿਸਮ ਦਾ ਕਹਿ ਲਓ ਵੀ ਲੁੱਟਖੋ ਕਰਨ ਵਾਲੇ ਕਿਤੇ ਆ ਵੀ ਲੁੱਟ ਕੇ ਰੱਖ ਲਓ, ਆ ਵੀ ਲੁੱਟ ਕੇ ਰੱਖ ਲਓ, ਤੇ ਉਦੋਂ ਇਹੋ ਕੁਛ ਹੋਇਆ ਸੀ, ਦੁਰਵਰਤੋਂ ਬੜੀ ਹੋਈ ਸੀ। ਉਦੋਂ ਮੈਂ ਤੁਹਾਡੀ ਗੱਲ ਦੇ ਵਿੱਚ ਇਹੀ ਹੈ ਕਰਨੀ ਚਾਹੁੰਦਾ ਹਾਂ ਕਿ ਇੱਕ ਚਾਹੀਦਾ ਤਾਂ ਇਹ ਹੈ, ਮੰਨ ਲਓ ਕਿ ਕੋਈ ਵੀ ਵੱਡਾ ਸ਼ਹਿਰ ਹੈ, ਉੱਥੇ ਕੋਈ ਘਰਾਂ ਥੋੜੀਆਂ ਜਿਹੀਆਂ, ਜਿਹੜੇ ਸਿਆਣੇ ਬੰਦੇ ਨੇ ਉੱਥੋਂ ਦੇ ਰਲ ਕੇ, ਤੇ ਇੱਕ ਕੋਈ ਗਰੁੱਪ ਬਣਾਇਆ ਜਾਵੇ, ਸੇਵਾਦਾਰ ਗਰੁੱਪ ਬਣ ਕੇ, ਤੇ ਜਿੰਨੇ ਵੀ ਕਿਸੇ ਦੇਣਾ ਉਹ ਉਹਨਾਂ ਨੂੰ ਦੇਵੇ, ਰਾਸ਼ਨ ਪਾਣੀ ਉੱਥੇ ਦੇ, ਤੇ ਤਾਂ ਕਿ ਮੇਰਾ ਮਤਲਬ ਇਹ ਹੈ ਵੀ ਉਹ ਗਾਂ ਵੰਡ ਕਰਨ, ਉਹ ਸਪਲਾਈ ਕਰਨ, ਉਹਨੂੰ ਪਤਾ ਹੋਵੇ ਵੀ ਕਿੰਨੂੰ ਅਸੀਂ ਦਿੱਤਾ, ਤੇ ਇੰਨਾ ਇਹਨੂੰ ਦਿਹਾੜੀ ਜੋਗਾ ਦਿੱਤਾ ਗਿਆ, ਰਾਸ਼ਨ ਇਹਨੂੰ ਹਫ਼ਤੇ ਜੋਗਾ ਦਿੱਤਾ ਗਿਆ। ਇੱਦਾਂ ਜਿੱਦਾਂ ਹੁਣ ਬਹੁਤੇ ਗਰੁੱਪ ਸੇਵਾਦਾਰ ਬਣ ਗਏ ਨੇ ਨਾ, ਤੇ ਇੱਕ ਦੂਜੇ ਤੋਂ ਅੱਗੇ ਲੰਘ ਕੇ, ਮੈਂ ਉਹਨਾਂ ਤੋਂ ਕਿੰਤੂ ਪਰੰਤੂ ਨਹੀਂ ਕਰਦਾ, ਬੜੀ ਤਲਦੀ ਸੇਵਾ ਕਰਨੀ ਹੈ ਇਹੋ ਜਿਹੇ ਔਖਿਆਂ ਮੌਕਿਆਂ ਦੇ ਵਿੱਚ। ਪਰ ਸਿਰਫ ਇਹ ਹੈ ਕਿ ਜਦੋਂ ਮੈਂ ਵੀ ਗਿਆ ਤੇ ਮੈਂ ਵੀ ਜਾ ਵੜਿਆ ਉੱਥੇ, ਮੈਂ ਵੀ ਗਿਆ ਤੇ ਦੂਜਾ ਗਿਆ ਉਹ ਵੀ ਉੱਥੇ ਜਾ ਵੜਿਆ, ਜਾ ਗਿਆ ਉਹ ਵੀ ਉੱਥੇ, ਕਿਉਂਕਿ ਜਿਹੜਾ ਹੁਣ ਪਹਿਲਾਂ ਉਹਨੂੰ ਕਿਸੇ ਨੂੰ ਨੀ ਪਤਾ ਇਸ ਦੇ ਗਿਆ ਕਿ ਨਹੀਂ, ਜਾਂ ਤਾਂ ਲੈਣ ਵਾਲਿਆਂ ਨੂੰ ਸੋਚਣਾ ਚਾਹੀਦਾ। ਚਾਹੀਦਾ ਇਹ ਹੈ ਕਿ ਉੱਥੋਂ ਦੇ ਕੋਈ ਬੰਦੇ ਰਲ ਕੇ, ਜਿਹੜੇ ਚੰਗੇ ਜਿਹੜੇ ਸੇਵਾ ਭਾਵਨਾ ਵਾਲੇ ਨੇ, ਤੇ ਉੱਥੋਂ ਦਾ ਇੱਕ ਹਰ ਜਗ੍ਹਾ ਦਾ, ਪਿੰਡ ਹੈ ਚਾਹੇ ਸ਼ਹਿਰ ਹੈ ਚਾਹੇ ਕੋਈ ਕਲੋਨੀ ਹੈ, ਇੱਕ ਗਰੁੱਪ ਬਣਾਇਆ ਜਾਏ, ਉਹਦਾ ਇੱਕ ਜਗ੍ਹਾ ਬਣਾਈ ਜਾਏ, ਕੇਂਦਰ ਬਣਾਇਆ ਜਾਏ, ਤੇ ਕਿਸੇ ਵੀ ਰਾਸ਼ਨ ਦੇਣਾ ਉੱਥੇ ਦੇ, ਤੇ ਉਹ ਅੱਗੋਂ ਸਪਲਾਈ ਕਰਨ, ਤਾਂ ਕਿ ਉਹਨੂੰ ਪਤਾ ਵੀ ਮੈਂ ਇਸ ਜਗ੍ਹਾ 'ਤੇ ਰਾਸ਼ਨ ਦੇ ਦਿੱਤਾ ਹੈ, ਇੱਥੇ ਨਹੀਂ ਦਿੱਤਾ ਤੇ ਇੱਥੇ ਨਹੀਂ ਪਹੁੰਚ ਰਿਹਾ, ਤਾਂ ਇਹਦੀ ਤਰਤੀਬ ਬਣ ਸਕਦੀ ਹੈ। ਜੇ ਤੁਸੀਂ ਇਸ ਤਰ੍ਹਾਂ ਹੀ ਸਾਰੇ ਕਰਦੇ ਹੋ, ਜਿਸ ਤਰ੍ਹਾਂ ਭੱਟੀ ਸਾਹਿਬ ਨੇ ਕਿਹਾ ਨਾ, ਤਾਂ ਸਾਰੇ ਵੰਡ ਵੰਡ ਕੇ ਅੱਗੇ ਬਰਬਾਦ ਹੁੰਦਾ ਜਾਣਾ, ਤੇ ਜਦੋਂ ਫਿਰ ਅਸੀਂ ਨਹੀਂ ਜਾਣ ਕੇ, ਕਿਉਂਕਿ ਇਹ ਨਾ ਤੇ ਦਿਨਾਂ ਦੀ ਗੱਲ ਜੀ ਹਜੇ, ਤੇ ਨਾ ਗੱਲ ਹੈਗੀ ਹੈ ਇਹ ਮਹੀਨਿਆਂ ਦੀ, ਇਹਨੂੰ ਹਜੇ ਘੱਟੋ ਘੱਟ ਵੀ ਜੇ ਕੰਟਰੋਲ ਆ ਵੀ ਜਾਏਗਾ ਤੇ ਸਾਲ ਤੋਂ ਪਹਿਲਾਂ ਹੀ ਆਉਣਾ, ਜੇ ਹੌਲੀ 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 ਕੋਈ ਘੱਟਦਾ ਘੱਟਦਾ ਕਿਰਪਾ ਕਰੇ ਤਾਂ ਵਾਹਿਗੁਰੂ ਹੋ ਜਾਵੇਗਾ। ਇਹਨੂੰ ਵੀ ਕੋਈ ਕਿਸੇ ਚੀਜ਼ ਤੇ ਕੰਟਰੋਲ ਨਹੀਂ, ਲੇਕਿਨ ਇਹ ਲੰਮਾ ਸਮਾਂ ਤੇ ਲੰਮਾ ਸਮਾਂ ਲੋਕਾਂ ਨੂੰ ਇਹਦੀ ਜ਼ਰੂਰਤ ਪੈਣੀ ਹੈ, ਇਸ ਕਰਕੇ ਇਹਦੀ ਕੋਈ ਤਰਤੀਬ ਬਣਾਈ ਜਾਵੇ ਤੇ ਫਿਰ ਵਧੀਆ ਰਹੇਗਾ। ਮਿਹਰਬਾਨੀ, ਸਤਿ ਸ੍ਰੀ ਅਕਾਲ। ਲੇਕਿਨ ਮੇਰਾ ਜਵਾਬ ਸੁਣ ਲਓ ਤੁਸੀਂ, ਜਿਹੜੀਆਂ ਸਾਡੀਆਂ ਜਥੇਦਾਰ ਬਣੀਆਂ ਸਮਾਜ ਸੇਵੀ ਜਥੇਬੰਦੀਆਂ, ਉਹਨਾਂ ਨੇ ਕਿਤੇ ਨਾ ਕਿਤੇ ਟਾਂਕਾ ਫਿੱਟ ਕੀਤਾ ਜਿੱਥੋਂ ਉਹਨਾਂ ਨੂੰ ਫੰਡ ਆਉਂਦੇ ਨੇ, ਜੇ ਉਹ ਇੱਕ ਜਗ੍ਹਾ ਦੇ ਕੇ ਘਰ ਨੂੰ ਚਲ ਜਾਣਗੇ ਤੇ ਫੰਡ ਦਾ ਕਿੱਥੋਂ ਲੈਣੇ ਮੁੜ ਕੇ, ਉਹਨਾਂ ਦਾ ਮਤਲਬ ਰਾਸ਼ਨ ਵੰਡਣ ਨਾਲ ਨਹੀਂ, ਉਹਨਾਂ ਦਾ ਫੰਡ ਵੀ, ਫੰਡ ਸੀ ਕਿਵੇਂ ਇਕੱਠੇ ਕਰਨੇ ਜੀ, ਜਿਹਦੇ ਕਰਕੇ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ, ਉਹ ਗਾਂ ਵੀ ਪ੍ਰੋਬਲਮ ਆਉਣੀ ਹੈ। ਮੈਂ ਤਾਂ ਪਹਿਲਾਂ ਕਹਿ ਦਿੱਤਾ ਵੀ ਇਹ ਫੰਡਾਂ ਦੇ ਨਾਂ ਦੇ ਉੱਤੇ ਲੱਖਾਂ ਨਹੀਂ ਕਰੋੜਾਂ ਰੁਪਏ ਇਕੱਠੇ ਹੁੰਦੇ ਆ, ਇਕੱਠੇ ਹੋਣ ਤੋਂ ਬਾਅਦ ਉਹਦੇ ਵਿੱਚ ਥੋੜੇ ਬਹੁਤੇ ਲਾਏ ਜਾਂਦੇ ਆ ਤੇ ਬਾਕੀ ਕਦੇ ਕੀਤੇ ਜਾਂਦੇ ਆ। ਮੈਂ ਇੱਕ ਵਿਦੇਸ਼ੀ ਚੈਨਲ ਦੀ ਨਾਂ ਨੀ ਦਿੰਦਾ, ਉਹ ਤਾਂ ਮੈਂ ਗੱਲ ਕਰਦਾ, ਉਹਨਾਂ ਨੂੰ 80,000 ਪਾਉਂਡ ਪੈਸੇ ਮਿਲੇ ਜੀ, ਤੇ 10,000 ਪਾਉਂਡ ਖਰਚੇ, 70,000 ਪਾਉਂਡ ਬਿਤਾਲੇ ਉਹਨਾਂ ਨੇ, ਇਹੋ ਜਿਹੇ ਲੋਕ ਜਿਹੜੇ ਹੈਗੇ ਆ, ਤੇ ਫਿਰ ਤੁਸੀਂ ਕੀ ਇਲਾਜ ਕਰੋਗੇ ਤੁਸੀਂ? ਇਸ ਕਰਕੇ ਉਹ ਕਿਸੇ ਦੇ ਆਖੇ ਲੱਗਣ ਵਾਲੇ ਨਹੀਂ ਹੈਗੇ, ਇਹ ਤੇ ਸਰਕਾਰ ਸਖਤੀ ਕਰੇ। ਮੈਨੂੰ 1988 ਦੀ ਪਤਾ ਵਾ, ਜਦੋਂ ਅਜਨਾਲਾ ਸੈਕਟਰ ਚ ਭਜਾਲ ਆਏ ਸੀ, ਹੜ ਆਏ ਸੀਗੇ, ਤੇ ਹੜਾਂ ਦੇ ਵਿੱਚ ਬਕਾਇਦਾ ਤੌਰ ਤੇ DC ਨੇ ਲਿਖਤੀ ਪ੍ਰਤੀ ਆਰਡਰ ਕੱਢੇ ਸੀ SU ਨੂੰ ਵੀ ਜਿਹੜਾ ਵੀ ਬੰਦਾ ਇੱਥੋਂ ਕੋਈ ਰਾਹਤ ਦੇਣ ਜਾਂਦਾ ਉਹ ਇੱਥੇ ਜਮ੍ਹਾਂ ਕਰਾਵੇ, ਇੱਥੋਂ ਸਰਕਾਰ ਦੇਵੇ ਜੀ ਉਹਨੂੰ। ਲੇਕਿਨ ਬਾਬੇ ਫਰੋਹੀ ਨਹੀਂ ਸੀ ਕੀਤੀ ਉਹਨਾਂ ਦੀ, ਬਾਬੇ ਸਿੱਧੇ ਪਹੁੰਚਦੇ ਸੀ ਲੋਕਾਂ ਕੋਲੇ, ਕਿਹਾ ਲਓ ਜੀ ਪ੍ਰਸ਼ਾਦਾ ਲਓ ਜੀ, ਆਟਾ ਲਓ ਜੀ, ਦਾਲ ਲੈਣੇ ਲਓ ਤੁਸੀਂ ਜੀ, ਕੋਈ ਗੱਲ। ਪ੍ਰੋਬਲਮ ਸਿਰਫ ਇਹ ਚੀਜ਼ ਨੀ, ਪ੍ਰੋਬਲਮ ਇਹ ਆ ਵੀ ਜਿਹੜੇ ਲੋਕਾਂ ਨੂੰ ਫੰਡ ਬਾਹਰੋਂ ਫੰਡ ਮਿਲਦੇ ਨੇ, ਉਹ ਜੇ ਫੰਡ ਉੱਥੇ ਫੋਟੋਆਂ ਨਹੀਂ ਲਵਾਉਣਗੇ, ਜਾਂ ਵੀ ਜੀ ਗਰੀਬਾਂ ਚ ਵੰਡਣ ਦੀ ਫਲਾਣੀ ਜਗ੍ਹਾ ਕਰ ਰਹੇ ਹੋ, ਫੋਟੋਆਂ ਨੂੰ ਆ ਕੇ ਭੇਜਦੇ ਆ, ਉਹ ਵੀ ਮੂਵੀ ਬਣਾ ਕੇ ਭੇਜ ਦਿੰਦੇ ਆ, ਉੱਥੋਂ ਫੰਡ ਇਕੱਠੇ ਕਰਨੇ ਹੁੰਦੇ ਆ, ਉਹਨਾਂ ਫੰਡਾਂ ਦੀ ਦੁਰਵਰਤੋਂ ਵੀ ਹੁੰਦੀ ਆ। ਜਿਹੜੇ ਵਿਦੇਸ਼ਾਂ ਚ ਵੀਰ ਬੈਠੇ ਆ, ਉਹਨਾਂ ਦੀ ਹੱਕ ਲਾਲ ਦੀ ਕਮਾਈ, ਉਹਨਾਂ ਵੀਰਾਂ ਨੂੰ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਦੇ ਵੀਰ ਜੀ, ਜੇ ਤੁਸੀਂ ਇਹਦੀ ਯੋਗਤਾ ਤੇ ਵਰਤੋਂ ਕਰੋ ਜੀ, ਪੰਜਾਬ ਦੇ ਵਿੱਚ ਜੇ ਤੁਸੀਂ ਸਾਨੂੰ ਦੇਣਾ ਵਾ ਕੁਛ ਨਾ ਕੁਛ, ਹੌਸਪੀਟਲ ਦੇ ਦਿਓ, ਕੋਈ ਸਿਹਤ ਸੇਵਾਵਾਂ ਦੇ ਦਿਓ, ਤੇ ਐਜੂਕੇਸ਼ਨ ਦੇ ਦਿਓ, ਬਾਕੀ ਕੰਮ ਅੱਧੇ ਕਰ ਲਾਂਗੇ। ਬਿਲਕੁਲ ਬਿਲਕੁਲ, ਦੋ ਚੀਜ਼ਾਂ ਸਾਨੂੰ ਮਿਲ ਜਾਣ ਤੇ ਫਿਰ ਵੀ ਪੰਜਾਬ ਦੇ ਲੋਕ ਮਰਦੇ। ਉਹਦੇ ਵਿੱਚ ਕੁਛ ਕਾਲ ਲੈ ਲਈਏ, ਪੱਟੀ ਸਾਹਿਬ ਕਾਲ ਲੈ ਲਈਏ, ਸਰਬਜੀਤ ਸਿੰਘ ਦੀ ਸੈਕਰੀਮੈਂਟੋ ਤੋਂ ਸਾਡੇ ਨਾਲ ਨੇ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੈਕਰੀਮੈਂਟ ਸਾਹਿਬ। ਪੱਟੀ ਸਾਹਿਬ ਜਿਹੜਾ
ਹਾਲਾਤ ਤਾਂ ਚਲੋ ਹੁਣ ਸਾਰੇ ਦੀਦੇ ਹੀ ਆ ਜੀ ਜੀ ਲੰਬਾ ਸਮਾਂ ਵੀ ਚੱਲਣਗੇ ਪਰ ਇੱਕ ਮੈਂ ਨਵੀਂ ਚੀਜ਼ ਦੇਖੀ ਆ ਵੀ ਜਿਹੜੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਆਏ ਹੈਗੇ ਆ ਚਾਹੇ ਉਹ ਛੋਟੇ ਰੈਂਕ ਦੇ ਵਿੱਚ ਆ ਚਾਹੇ ਉੱਪਰ ਆਈਪੀਐਸ ਆ ਚਲੋ ਸਿਆਣੇ ਹੀ ਹੁੰਦੇ ਆ ਉਹ ਤਾਂ ਪੰਜਾਬ ਪੁਲਿਸ ਦੇ ਦੋ ਰੂਪ ਦਿਖ ਰਿਹਾ ਇਸ ਵੇਲੇ ਸਾਨੂੰ ਜੀ ਤੇ ਮੈਂ ਕਹਿਣਾ ਚਾਹੁੰਦਾ ਹਾਂ ਵੀ ਜਿਹੜਾ ਉਹ ਪੁਰਾਣਾ ਹੈਗਾ ਆ ਕਾਨੂੰਨ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੈ ਵੀ ਕੀ ਉਹਨੂੰ ਹੁਣ ਬਦਲੀ ਕਰਨ ਦਾ ਮੁਹਿੰਮ ਨਹੀਂ ਸਾਨੂੰ ਚਲਾਉਣੀ ਚਾਹੀਦੀ ਵੀ ਜਿਹੜਾ ਵਧੀਆ ਰੂਪ ਪੰਜਾਬ ਪੁਲਿਸ ਦਾ ਫਰੈਂਡਲੀ ਹੋਵੇ ਉਹ ਲੋਕਾਂ ਦੀ ਸੇਵਾ ਕਰਨ ਲੋਕ ਵੀ ਉਹਨਾਂ ਦੀ ਵਰਦੀ ਦਾ ਵਿਸ਼ਵਾਸ ਉਹਨਾਂ ਦਾ ਸਤਿਕਾਰ ਕਰਨ ਉਹਨਾਂ ਦਾ ਜਿਹੜੇ ਉਹ ਪੁਰਾਣਾ ਡੰਡਾ ਮਾਰਕਾ ਸਿਪਾਹੀ ਭਰਤੀ ਹੋ ਕੇ ਥਾਣੇਦਾਰ DSP ਬਣੇ ਹੋਏ ਆ ਉਹਨਾਂ ਦਾ ਰੂਪ ਇੱਕ ਵੱਖਰਾ ਆ ਤੇ ਜਿਹੜੇ ਨੌਜਵਾਨ ਮੁੰਡੇ ਪੜ੍ਹ ਲਿਖ ਕੇ ਆਏ ਹੈਗੇ ਆ ਉਹਨਾਂ ਦਾ ਇੱਕ ਰੂਪ ਵੱਖਰਾ ਹੈਗਾ ਆ ਜੀ ਪਿੱਛੇ ਜੇ ਗੱਲ ਇੱਕ ਸੀਨੀਅਰ ਅਫਸਰ ਨੂੰ ਕਿਹਾ ਮੈਂ ਕਿਹਾ ਵੀ ਸਕੂਲੀ ਬੱਚੇ ਜਿਹੜੇ ਆ ਇੱਕ ਲੋਕਾਂ ਦੇ ਵਿੱਚ ਤਾਂ ਇਹ ਡਰ ਹੈਗਾ ਕਿ ਯਾਰ ਜੇ ਰਾਹ ਪੁੱਛਣਾ ਨਾ ਉਹ ਟ੍ਰੈਫਿਕ ਪੁਲਿਸ ਵਾਲੇ ਨੂੰ ਪੁੱਛਦਾ ਕਿਤੇ ਕਾਗਜ਼ ਨਾ ਮੰਗ ਲਏ ਜੇ ਕੋਈ ਹੋਰ ਘਟਨਾ ਪੁਲਿਸ ਵਾਲੇ ਨੂੰ ਕਹਿੰਦਾ ਮੈਂ ਕਿਹਾ ਬੱਚਿਆਂ ਤੋਂ ਆਪਾਂ ਕਿਉਂ ਨਾ ਕੰਮ ਸ਼ੁਰੂ ਕੀਤਾ ਜਾਵੇ ਕਿ ਪੁਲਿਸ ਨਾਲ ਗੱਲਬਾਤ ਉਹਨਾਂ ਨੂੰ ਪੁਲਿਸ ਸਟੇਸ਼ਨ ਦਿਖਾਏ ਜਾਣ ਵੀ ਪੁਲਿਸ ਤੁਹਾਡੀ ਕਿੰਨੀ ਫਰੈਂਡਲੀ ਹੈ ਮੈਨੂੰ ਕਹਿੰਦਾ ਧਰਨੇ ਵਾਲੀਆਂ ਸਭ ਰਹਿਣ ਦਿਓ ਬੱਚੇ ਦਾ ਜਿਹੜਾ ਸਵਾਲ ਪੁੱਛਦੇ ਨੇ ਉਹਨਾਂ ਦਾ ਜਵਾਬ ਨਹੀਂ ਹੁੰਦਾ ਸਾਡੇ ਕੋਲ ਕਹਿੰਦਾ ਫਿਰ ਸ਼ਰਮ ਆਉਂਦੀ ਹੈ ਜਿਹੜੀ ਗੱਲ ਕੀਤੀ ਸੈਕਰਮੈਂਟ ਸਾਹਿਬ ਤੁਸੀਂ ਦੀ ਗੱਲ ਕੀ ਤੁਹਾਡਾ ਬੜਾ ਵਧੀਆ ਜੈਨੂਅਨ ਜਿਹੜਾ ਸਵਾਲ ਹੈ ਬਹੁਤ ਜੈਨੂਅਨ ਸਵਾਲ ਹੈ 1960 ਤੇ ਤਰਮੀਮ ਕਰੇ ਆਸ ਹੀ ਸਾਨੂੰ ਅਕਾਲੀ ਦਲ ਵਾਲਿਆ ਕਿਉਂਕਿ ਉਹ ਇਸ ਵਿੱਚ ਤਰਮੀਮ ਕਰਨਗੇ ਕੋਈ ਨਾ ਕੋਈ ਲੇਕਿਨ ਉਹਨਾਂ ਕੋਈ ਤਰਮੀਮ ਨਹੀਂ ਕੀਤੀ ਇੱਥੋਂ ਤੱਕ ਕਿ ਬਾਦਲ ਸਾਹਿਬ ਨੇ ਕਮਿਟਮੈਂਟ ਕੀਤੀ ਵੀ ਭਾਈ ਮੈਂ ਮੁੱਖ ਮੰਤਰੀ ਬਣਿਆ ਤੇ ਜਿਹੜੀ ਸਾਡੀ ਗੁਲਾਮੀ ਦਾ ਪ੍ਰਤੀਕ ਝਾਂਦਰ ਵਾਲੀ ਪਗੜੀ ਹੈ ਨਾ ਪੁਲਿਸ ਦੀ ਉਹ ਲਾ ਕੇ ਤੇ ਮੈਂ ਦੂਜੀ ਪਗੜੀ ਦੇਊਂਗਾ ਜੀ ਲੇਕਿਨ ਉਸ ਤੋਂ ਬਾਅਦ ਪਹਿਲਾਂ ਨੀ ਉਸ ਤੋਂ ਬਾਅਦ ਬਿਆਨ ਤੋਂ ਬਾਅਦ ਦੀ ਗੱਲ ਕਰਦਾ ਉਸ ਤੋਂ ਬਾਅਦ ਉਹ 15 ਸਾਲ ਮੁੱਖ ਮੰਤਰੀ ਰਹੇ ਨੇ ਜੀ 15 ਸਾਲਾਂ ਚ ਉਹ ਸਾਡੀ ਜਿਹੜੀ ਗੁਲਾਮੀ ਦਾ ਪ੍ਰਤੀਕ ਝਾਲਰ ਵਾਲੀ ਪੱਗ ਜਿਹੜੀ ਸਾਡੇ ਜਿਹੜੇ ਸਿਪਾਹੀ ਮੁੰਡੇ ਉਹਦੇ ਸਿਰ ਤੋਂ ਨਹੀਂ ਲਵਾ ਸਕੇ ਜੇ ਉਹ ਨਹੀਂ ਲਵਾ ਸਕੇ ਬਾਕੀ ਅਸੀਂ ਇਹਨਾਂ ਤੋਂ ਅਮੈਂਡਮੈਂਟ ਦੀ ਕਦੀ ਕਦੀ ਆਸ ਕਰ ਸਕਦੇ ਕੁੱਲੇ ਤੋਂ ਪੱਗ ਤਾਂ ਕਰਤੀ ਕੁੱਲੇ ਤੋਂ ਟੋਪੀ ਤਾਂ ਕਰਤੀ ਕੁੱਲੇ ਟੋਪੀ ਕਰਤੀ ਹੈ ਲੇਕਿਨ ਝਾਲਰ ਵਾਲੀ ਪੱਗ ਨਹੀਂ ਲਈ ਤੱਕ ਝਾਲਰ ਵਾਲੀ ਪੱਗ ਤਾਂ ਨਹੀਂ ਲਿੱਤੀ ਉਹ ਬਾਦਲ ਸਾਹਿਬ ਨੇ ਕਈ ਵਾਰੀ ਕਮਿਟਮੈਂਟ ਕੀਤੀ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਕਿਤੇ ਇਹ ਕ੍ਰਾਂਤੀ ਆਈ ਇਹ ਕੋਈ ਇਹੋ ਜਿਹੀ ਸਰਕਾਰ ਆਊਗੀ ਕਮਿਊਨਿਸਟਾਂ ਦੀ ਆਵੇ ਅਕਾਲੀਆਂ ਦੀ ਆਵੇ ਕੋਈ ਉਸਾਰੂ ਸੋਚ ਰੱਖਣ ਦੀ ਆਵੇ ਉਹ ਕਰ ਸਕਦੀ ਆ ਕਾਂਗਰਸ ਕੋਲੋਂ ਕੋਈ ਉਮੀਦ ਨਾ ਰੱਖਿਓ ਵੀ ਉਹ ਪੁਲਿਸ ਦੀ ਸੁਧਾਰਾਂ ਦੀ ਗੱਲ ਕਰੇਗੀ ਕੋਈ ਨਾ ਕੋਈ ਉਹ ਡੰਡੇ ਦਾ ਰਾਜ ਕਰਨ ਜਾਣਦੀ ਆ ਤੇ ਡੰਡਾ ਤੁਹਾਡੇ ਹੱਥ ਚ ਲਈਦਾ ਪਰ ਉਹ ਟਿਕਾ ਕੇ ਤੇ ਉਹਨੂੰ ਰਾਜ ਕਰੋ ਇੱਕ ਵਾਰੀ ਮੈਨੂੰ ਯਾਦ ਆ ਸਰਕਟ ਹਾਊਸ ਬੈਠੇ ਜੀ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਸੀਗਾ ਜਨਰਲ ਸੈਕਟਰੀ ਤੇ ਬਿੰਦਰਾ ਸਾਹਿਬ ਹੁੰਦੇ ਸੀਗੇ ਸਾਡੇ ਉਹ ਡੈਥ ਹੋ ਗਈ ਉਹਨਾਂ ਦੀ ਉਹਨਾਂ ਨੇ ਕਿਹਾ ਸੀਐਮ ਸਾਹਿਬ ਸਰਦਾਰ ਜੀ ਵੇਖੋ ਕੀ ਹੋਣ ਡਿਆ ਤੁਹਾਡੀ ਪੁਲਿਸ ਕਿੰਨੀਆਂ ਜਾਤੀਆਂ ਕਰ ਰਹੀ ਇਹਨਾਂ ਦੀ ਕੋਈ ਕੰਟਰੋਲ ਕੋਲੋਂ ਮਾੜਾ ਮੋਟਾ ਜਵਾਬ ਕੀ ਸੀ ਜਵਾਬ ਸੁਣਿਓ ਤੁਸੀਂ ਹੁਣ ਉਹ ਕਹਿੰਦਾ ਬਿੰਦਰਾ ਆ ਸਾਹਮਣੇ ਟਿਊਬਲੈਟ ਜਗਦੀ ਹੈ ਨਾ ਇਹਨਾਂ ਜਗਦੀ ਆ ਇਹਨਾਂ ਨੂੰ ਕੀ ਕਹਿੰਦੇ ਆ ਪਾਵਰ ਜੀ ਇਹ ਪਾਵਰ ਉਹ ਆ ਪਾਵਰ ਆ ਜਿੰਨੀ ਤੁਹਾਡੇ ਕੋਲ ਹੈਗੀ ਵਰਤ ਲਓ ਵੱਧ ਤੋਂ ਵੱਧ ਜੇ ਨਹੀਂ ਵਰਤੋਗੇ ਤੇ ਬਾਕੀ ਵੇਸਟ ਹੋ ਜਾਣੀ ਇਹ ਜਵਾਬ ਦੇ ਕੇ ਤੇ ਮੁੱਖ ਮੰਤਰੀ ਤੋਂ ਉੱਠ ਕੇ ਗਾਹ ਗਏ ਸੀਗੇ ਮੇਰਾ ਮਤਲਬ ਇਹ ਕਾਂਗਰਸ ਕੋਲੋਂ ਆਪਾਂ ਕੋਈ ਇਹੋ ਜਿਹੀ ਆਸ ਰੱਖੀਏ ਵੀ ਉਹ ਪੰਜਾਬ ਪੁਲਿਸ ਦੇ ਐਕਟ 'ਚ ਕੋਈ ਅਮੈਂਡਮੈਂਟ ਕਰੇਗੀ ਜਦੋਂ ਵੀ ਹੋਣੀ ਉਹ ਗੈਰ ਕਾਂਗਰਸ ਸਰਕਾਰ ਕਰ ਸਕਦੀ ਹੈ ਬਾਕੀ ਕੋਈ ਨਹੀਂ ਕਰ ਸਕਦਾ ਤੇ ਉਹ ਅਮੈਂਡਮੈਂਟ ਦੀ ਸਖ਼ਤ ਲੋੜ ਆ ਜੀ ਪਰ ਤੁਹਾਡੇ ਨਾਲ ਗੱਲ ਤੁਸੀਂ ਅਕਾਲੀ ਦਲ ਦੀ ਵੀ ਕਹਿਤੀ ਅਕਾਲੀ ਦਲ ਨੇ ਵੀ ਕੀਤੀ ਪਰ ਆਪਣੇ ਨਾਲ ਸਾਬਕਾ ਪੁਲਿਸ ਅਧਿਕਾਰੀ ਨੇ ਇੱਕ ਲਾਲ ਮੁਹੰਮਦ ਜੀ ਉਹਨਾਂ ਤੋਂ ਕਹਿੰਦੇ ਕਿ ਉਹ ਕੀ ਕਹਿਣਾ ਚਾਹੁੰਦੇ ਲਾਲ ਮੁਹੰਮਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਤੁਹਾਨੂੰ ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਾਲ ਮੁਹੰਮਦ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਇਹਦੇ ਵਿੱਚ ਥੋੜੀ ਚੀਜ਼ ਐਡ ਕਰਨੀ ਚਾਹੁੰਦਾ ਜੀ 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 ਜਿਹੜਾ ਕਾਨੂੰਨ ਹੈ ਉਹ ਅੰਗਰੇਜ਼ਾਂ ਨੇ ਬਣਾਇਆ ਸੀ ਅੰਗਰੇਜ਼ ਸਾਥੋਂ ਚਲੇ ਗਏ ਜੀ 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 ਠੀਕ ਆ ਉਹਨਾਂ ਦੀ ਜਗ੍ਹਾ ਆਕੋਪਾਈ ਕਿਹਨਾਂ ਨੇ ਕੀਤੀ ਆ ਕਾਲੇ ਅੰਗਰੇਜ਼ਾਂ ਨੇ ਠੀਕ ਆ ਜੇ ਉਹੀ ਪਾਵਰ ਇਹਨਾਂ ਨੂੰ ਮਿਲ ਗਈਆਂ ਜੀ ਤਾਂ ਮੈਂ ਆਪਣੀ ਪਾਵਰ ਕਿਉਂ ਖਤਮ ਹੋਣ ਦਊਂਗਾ ਇਹ ਵੀ ਗੱਲ ਸਿਆਣੀ ਹੈ ਜੇ ਮੈਂ ਆਪਣੀ ਪਾਵਰ ਖਤਮ ਨਹੀਂ ਹੋਣ ਦਊਂਗਾ ਤੇ ਪੁਲਿਸ ਦਾ ਸਾਥ ਤੁਸੀਂ ਕਿੱਥੋਂ ਭਾਲ ਦੋ ਥੈਂਕ ਯੂ ਵੈਰੀ ਮਚ ਜੀ ਜਿਹੜੀ ਗੱਲ ਲਾਲ ਅੰਦਰ ਕਹਿਤੀ ਪਹਿਲੇ ਕਿਹਾ ਤਾਂ ਬਿਆਨ ਸਿੰਘ ਦਾ ਹਵਾਲਾ ਦੇ ਕੇ
जिथे फ्री कॉफी फ्री फैक्स सर्विस फ्री ट्रक पार्किंग रोटी ठेका लॉन्ड्री शावर ते ट्रकां दा होर भी सामान आसानी नाल मिलेगा। हुणे कॉल करो 360-652-6066 यानी 360-652-6066। ए दो लोकेशन तो सेवामा प्रदान करदे ने। सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स। फोन नंबर 6167974। ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर। बेकर्सफील्ड विखे यूनियन अते प्लांस रोड दे कॉर्नर ते खुल गया नवा ट्रक स्टॉप यूनियन विलेज, जिथे मिलदा है वधिया गैस अते बिना बायोडीजल दे वधिया ते सस्ता डीजल। हर तरह दी ग्रोसरी, चाइनीज अते इंडियन रेस्टोरेंट, जिथे मिलेगा वधिया खाना, दो परौंठे सिर्फ 499 च। ट्रक ड्राइवर वीरा लई टू गो अते बैठ के खान लई वधिया जगह, नवे अते पुराने टायरा लई अते ट्रकां दी माइनर रिपेयर लई अज ही कॉल करो सुखी कुम्मण 6618858 6618588858। एड्रेस 2201 साउथ यूनियन एवेन्यू बेकर्सफील्ड कैलिफोर्निया 93307। यूनियन विलेज। जेबी ट्रक रिपेयर यूपा सिटी सर्टिफाइड क्यूमिंस डेट्रॉयट फ्रेटलाइनर वेस्टर्न स्टार वॉल्वो कैटरपिलर अते सीरीज 60 इंजन्स इंटरनेशनल अते ऑटोमेटिक ट्रांसमिशन्स 5 साल दा फ्रेटलाइन डीलरशिप दा एक्सपीरियंस ए इंजन ट्रक ट्रेलर एसी इलेक्ट्रिकल डीपीएफ डीईएफ रिपेयर करदे हन। ट्रांसमिशन रियर एंड ब्रेक्स ऑयल चेंज कर देंदे हन। सर्टिफाइड 90-डे डीओटी इंस्पेक्शन अते सर्टिफाइड एनुअल फेडरल डीओटी इंस्पेक्शन करते हैं। 100 माइल दे रेडियस विच रोड असिस्टेंस 24/7। नवे कस्टमर्स लई 10% डिस्काउंट। हफ्ते दे 7 दिन सवेर 7 तों शामी 7 बजे तक खुले रहंदे हन। होर जानकारी लई कॉल जगरूप बॉयल 916-696-0634 या जगराज बल 530-339-15। एड्रेस 3894 रेल रोड एवेन्यू यूबा सिटी। इत्थे हुण ट्रकां दे यूज्ड ते ब्रांड न्यू टायर भी मिलते हैं। ਵਾਰ ਸ਼ਾਮ ਨੂੰ 5:30 'ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ। ਫਿਲਹਾਲ ਜਿੰਨੀ ਦੇਰ ਲਾਕਡਾਊਨ ਹੈ ਜੀ, ਤੁਹਾਨੂੰ ਸੈਚਰਡੇ ਸੰਡੇ ਥੋੜ੍ਹਾ ਜਿਹਾ ਖੁਸ਼ਕੀ 'ਚ ਕੱਢਣਾ ਪਊਗਾ, ਅਤੇ ਫਿਰ ਕਿਉਂਕਿ ਆਉਣਾ ਜਾਣਾ ਵੱਧ ਜੂਗਾ। ਹਾਂ, ਇੱਕ ਗੱਲ ਤੁਸੀਂ ਨੋਟ ਕਰ ਲਓ, ਜਿਹੜੇ ਵੀਰ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮਾਂ ਸੁਣਦੇ ਨੇ, ਸਵੇਰੇ 7:30 ਤੁਹਾਡੇ ਨਾਲ ਅਮਨ ਔਲਖ ਗੀਤ ਬਹਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੀ ਹੈ। ਫਿਰ ਰੇਡੀਓ ਪੰਜਾਬ ਟੂਡੇ ਦਾ ਪ੍ਰੋਗਰਾਮ ਗੁਲਦਸਤਾ 2:30 ਵੀ ਪ੍ਰਸਾਰਿਤ ਕੀਤਾ ਜਾਂਦਾ। ਪੱਟੀ ਸਾਹਿਬ ਮੇਰੇ ਨਾਲ ਜਾਣੇ ਵਾਲੀ ਸਰ, ਮੈਂ ਤੁਹਾਨੂੰ ਇੱਕ ਦੱਸਦਾ ਗੱਲ, ਜਿਹੜੀ ਗੱਲ ਤੁਸੀਂ ਕਿ ਸ਼ਨੀ ਐਤਵਾਰ ਦੀ ਗੱਲ ਕੀਤੀ, ਮੈਨੂੰ ਲੋਕਾਂ ਨੇ ਕਾਫੀ ਫੋਨ ਆਇਆ ਜਿਹਦੇ ਬਾਰੇ ਚ ਜੀ। ਮੈਨੂੰ ਕਹਿੰਦੇ ਯਾਰ, ਇੱਕ ਤੁਸੀਂ ਵਿਹਲੇ ਬੈਠੇ ਘਰ, ਇੱਕ ਤੁਸੀਂ ਵਿਹਲੇ ਬਾਤਾਂ ਤੋਂ ਅਸੀਂ ਸੁਣਦੇ ਹਾਂ ਤੇ ਵਿਚਾਰ ਕਰਦੇ ਹਾਂ, ਡਿਸਕਸ ਵੀ ਕਰਦੇ, ਘੱਟ ਬਹਿ ਕੇ ਤੁਸੀਂ ਕਰਦੇ ਕੀ ਦੱਸੋ? ਉਹ ਤਾਂ ਬੰਦੇ ਦੌਕਾ ਸੀ ਮੈਨੂੰ ਕੋਈ ਨਹੀਂ ਬਾਈ ਜੀ, ਗੱਲ ਪਤਾ ਕੀ ਆ, ਮੇਰੀ ਗੱਲ ਸੁਣ ਲਓ ਤੁਸੀਂ, ਫਿਰ ਕਰਦਾ ਜੀ। ਉਹ ਬੰਦਾ ਸਾਡਾ ਬੜਾ ਵੱਡਾ ਲਿਸਨਰ ਆ, ਮੈਂ ਇਸ ਵਾਰੀ ਟ੍ਰੇਨ 'ਚ ਆ ਰਿਹਾ ਸੀ, ਉਹ ਟੀਟੀ ਸੀਗਾ। ਅੱਛਾ ਜੀ। ਉਹਨੇ ਮੈਨੂੰ ਪਛਾੜ ਲਿਆ, ਕਹਿੰਦਾ ਯੂ ਆਰ ਮਿਸ ਜੀ ਪੱਟੀ। ਮੈਂ ਕਿਹਾ ਉਹਦਾ ਬੜਾ ਜੁਫੀ ਜੁਫੀ ਆ ਕੇ ਮਿਲਿਆ, ਭਾਈ ਸੇਵਾ ਦੱਸੋ ਕੋਈ ਤੁਸੀਂ। ਕਹਿੰਦਾ ਤੁਹਾਡੇ ਅਸੀਂ ਪ੍ਰੋਗਰਾਮ ਸੁਣਦੇ ਰਹੀ ਇੰਨੇ ਤੇ ਬੜਾ ਮਜ਼ਾ ਆਉਂਦਾ ਤੁਹਾਡਾ ਜੀ। ਉਹਨਾਂ ਨੇ ਮੈਨੂੰ ਫੋਨ ਆਇਆ ਟੀਟੀ, ਕਹਿੰਦਾ ਵੀ ਆਹ ਜਿਹੜੀ ਸ਼ਤਾਬਦੀ ਜਿਹੜੀ ਹੈ ਨਾ ਸਾਡੀ ਗੱਡੀ, ਇਹਦੇ ਜਿੰਨੇ ਟੀਟੀ ਆ ਉਹ ਸਾਰੇ ਡੰਡਾ ਪ੍ਰੋਗਰਾਮ ਸੁਣਦੇ। ਅੱਛਾ ਜੀ। ਉਹਨੇ ਸਾਰੇ ਫਿਰ ਮੈਨੂੰ ਬੁਲਾਇਆ ਜੀ ਉੱਥੇ ਟ੍ਰੇਨ ਦੇ ਵਿੱਚ, ਤੇ ਬੜਾ ਮਾਣ ਮਹਿਸੂਸ ਹੋਇਆ ਵੀ ਵੇਖੋ ਜੇ ਸਾਡੇ ਲੋਕੀ ਮਾਣ ਤਨ ਕਰਦੇ, ਸਾਡਾ ਉਹਨਾਂ ਫਰਜ਼ਪਨ ਦਾ ਮਾਣ ਤਾਂ ਰੱਖਣਾ, ਤੇ ਉਹਨਾਂ ਨੇ ਕਦੋਂ ਲਾਮਾ ਦਿੱਤਾ? ਕਹਿੰਦਾ ਯਾਰ ਸ਼ਨੀ ਐਤਵਾਰ ਤੁਸੀਂ ਬੰਦ ਕਰਦੇ, ਘੱਟੋ ਘੱਟ ਇੱਕ ਦਿਨ ਦੇ ਕਰਦੇ, ਦੋ ਦਿਨ ਦੇ ਕਰਦੇ। ਉਹਦੇ 'ਚ ਨਾ ਪੱਟੀ ਸਾਹਿਬ ਥੋੜ੍ਹਾ ਜਿਹਾ ਗੱਲਾਂ ਇਹ ਹੋ ਜਾਂਦੀਆਂ ਨੇ, ਮੇਰੇ ਤੇ ਜ਼ਿੰਮੇਵਾਰੀਆਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਨੇ, ਇੱਕ ਇੰਨਾ ਕੰਮ ਕਰਨਾ ਮੇਰੇ ਲਈ ਇਕੱਲੇ ਲਈ ਮੁਸ਼ਕਲ ਹੋ ਜਾਂਦਾ ਜੀ। ਮੈਂ ਦੋ ਬੇਸ਼ੱਕ ਮੈਂ ਆਉਂਦਾ ਤਾਂ ਆਫਿਸ ਹੀ ਹਾਂ ਜ਼ਿਆਦਾਤਰ, ਪਰ ਗੱਲ ਇਹ ਮੈਂ ਕੋਸ਼ਿਸ਼ ਜਿਵੇਂ ਪਹਿਲਾਂ ਹਰਜਿੰਦਰ ਕਰਦਾ ਸੀ ਸੈਚਰਡੇ ਸੰਡੇ,
ਵੇਖਦੇ ਆ ਭਲੀ ਕਰੇ ਕਰਤਾਰ। ਮੈਂ ਤੁਹਾਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਗੱਲ ਕਰਦਾ ਕਿ ਉਹਨਾਂ ਦੀ ਭਾਵਨਾ ਕਿੰਨੀ ਹੈਗੀ ਆ। ਅਸੀਂ ਕਦਰ ਕਰਦੇ ਉਹਨਾਂ ਦੀ ਬਦੌਲਤ ਤਾਂ ਪੱਟੀ ਸਾਹਿਬ ਇੱਥੇ ਪਹੁੰਚੇ ਆ। ਬਿਲਕੁਲ ਵਟਸਐਪ ਕਾਲ ਜੀ ਆਉਂਦੇ ਰਹੋ ਤੁਸੀਂ ਸ਼੍ਰੀਮਾਨ ਜੀ। ਸਤਿ ਸ੍ਰੀ ਅਕਾਲ ਸਵਰਨ ਜੀ, ਸਤਿ ਸ੍ਰੀ ਅਕਾਲ ਜਸਵੀਰ ਜੀ। ਜੀ ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ? ਹਾਂਜੀ, ਪਹਿਲਾਂ ਤਾਂ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਕਿ ਤੁਸੀਂ ਡੇਲੀ ਪ੍ਰੋਗਰਾਮ ਲੈ ਕੇ ਆਉਂਦੇ ਹੋ, ਉਹ ਵੀ ਅੱਜ ਦੇ ਹਾਲਾਤਾਂ ਦੀ ਰਿਪੋਰਟ ਦਿੰਦੇ ਹੋ, ਔਰ ਤੁਹਾਡੇ ਜਿਹੜੇ ਰਿਪੋਰਟਰ ਨੇ ਜਗ੍ਹਾ ਜਗ੍ਹਾ ਬੈਠੇ ਹੋਏ ਨੇ, ਤੁਸੀਂ ਝੱਟੇ ਕਨੈਕਟ ਕਰ ਲੈਂਦੇ ਹੋ, ਸਾਰਾ ਪੰਜਾਬ ਦੀ ਖ਼ਬਰ ਸਾਹਿਬ ਮਿਲ ਜਾਂਦੀ ਹੈ। ਥੈਂਕ ਯੂ ਸੋ ਮੱਚ। ਬਾਕੀ ਮੈਂ ਇੱਕ ਪੱਟੀ ਸਾਹਿਬ ਤੋਂ ਇੱਕ ਛੋਟਾ ਇੱਕ ਮਿੰਟ ਲੈਣਾ ਚਾਹੁੰਦਾ ਸੀ, ਮੈਨੂੰ ਪਤਾ ਨਹੀਂ ਹੈਗਾ। ਪਹਿਲਾਂ ਤਾਂ ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ ਜਿੰਨੇ ਵੀ ਸਰਕਾਰੀ ਹੋਸਪਿਟਲ ਨੇ, ਜਿੰਨੇ ਵੀ ਸਰਕਾਰੀ ਡਾਕਟਰ ਨੇ, ਨਰਸਿਸ ਨੇ, ਚਾਹੇ ਉਹ ਆਪਣੇ ਸਫਾਈ ਕਰਮਚਾਰੀ ਨੇ, ਮੈਂ ਉਹਨਾਂ ਨੂੰ ਉਹਨਾਂ ਦੀ ਸ਼ਲਾਘਾ ਕਰਦਾ, ਉਹਨਾਂ ਦੀ ਮੈਂ ਐਪਰੀਸ਼ੀਏਟ ਕਰਦਾ ਉਹਨਾਂ ਜੋ ਕੰਮ ਕਰ ਰਹੇ ਨੇ। ਪਰ ਮੈਨੂੰ ਇਹ ਨਹੀਂ ਪਤਾ, ਮੈਂ ਇੱਕ ਫੋਟੋ ਦੇਖੀ ਸੀ ਕਿ ਬਹੁਤ ਚੰਗਾ ਹੋਸਪਿਟਲ ਆ, ਕੋਈ ਲੁੱਕ ਲਾਈਕ ਆ ਫਾਈਵ ਸਟਾਰ ਹੋਟਲ, ਉਹਦੇ ਬਾਹਰ ਲਿਖਿਆ ਸੀ, ਬੋਰਡ ਲਿਖਿਆ ਸੀ, ਹੱਥਾਂ ਲਿਖਿਆ ਸੀ, ਜੇ ਕਿਹਨੂੰ ਖਾਂਗਾ ਫਲਾਨਾ ਧਿਆਉਂਕਾ ਵੀ ਉਹ ਬੰਦਾ ਇੱਥੇ ਨਾ ਆਵੇ। ਇਹਦਾ ਮਤਲਬ ਵੀ ਸਰਕਾਰੀ ਹੋਸਪਿਟਲ ਤੋਂ ਬਿਨਾਂ ਬਾਕੀ ਸਾਰੇ ਪ੍ਰਾਈਵੇਟ ਬੰਦ ਨੇ, ਤੇ ਹੁਣ ਜਿਹੜੇ ਸੋ ਕਾਲਡ ਬੰਦੇ ਹੋਣਗੇ ਉਹ ਜਿਹੜੇ ਸਰਕਾਰੀ ਹਸਪਤਾਲ ਨੇ ਮੂੰਹ ਨਹੀਂ ਕਰਦੇ ਹੋਣਗੇ, ਉਹ ਉਹਨਾਂ ਨੂੰ ਹੁਣ ਜਾਣਾ ਪੈਂਦਾ ਹੋਊਗਾ, ਤੇ ਉਹਨਾਂ ਨੂੰ ਕਿੱਦਾਂ ਮਹਿਸੂਸ ਹੁੰਦਾ ਹੋਊਗਾ। ਪਰ ਸਰਕਾਰ ਨੂੰ ਚਾਹੀਦਾ ਸੀਗਾ ਵੀ ਲੋਕਡਾਊਨ ਕਰਨ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਜੋ ਕੀਤਾ ਬਹੁਤ ਵਧੀਆ ਕੀਤਾ, ਪਰ ਉਹਨਾਂ ਨੂੰ ਚਾਹੀਦਾ ਸੀ ਥੋੜ੍ਹਾ ਜਿਹਾ ਬਈ ਦੋ ਤਿੰਨ ਦਿਨ ਦੇ ਦਿੰਦੇ ਵੀ ਤੁਸੀਂ ਭਾਈ ਜਿਹੜੇ ਬੰਦੇ ਦਵਾਈ ਲੈਂਦੇ ਆ ਪੱਕੀ ਜਾਂ ਕੁਛ ਵੀ, ਮਤਲਬ ਤੁਹਾਡੇ ਘਰੇ ਰਾਸ਼ਨ ਹੈ ਨਹੀਂ, ਤੁਸੀਂ ਪਹਿਲਾਂ ਆਪ ਦਾ ਪਰਚੇਸ ਕਰ ਲਓ, ਮੇਰੀ ਵਾਈਫ ਗਾਇਨਾਕੋਲੋਜਿਸਟ ਹੈ। ਮੈਂ ਕਿਹਾ ਜੀ ਉਹ ਤਾਂ ਹੈ ਇੱਕ ਵੱਖਰੀ ਗੱਲ ਹੈ, ਪਰ ਆਹ ਚੀਜ਼ ਲਿਖ ਕੇ ਲਾਉਣ ਦੀ ਕੀ ਗੱਲ ਹੋ ਗਈ? ਫਿਰ ਉਹਨਾਂ ਨੇ ਬੜੀ ਪੱਟੀ ਸਾਹਿਬ ਹੈਰਾਨੀ ਵਾਲੀ ਗੱਲ ਕਹੀ ਜੀ, ਕਹਿੰਦੇ ਸਾਡੇ ਜਿਹੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ IMA ਕਹਿੰਦੇ ਨੇ, ਉਹਦਾ ਜਿਹੜਾ ਚੈਪਟਰ ਹੈ ਨਵਾਂ ਸ਼ਹਿਰ ਦਾ, ਕਹਿੰਦੇ ਉਹਨਾਂ ਨੇ ਯੂਨੈਨੀ ਮਸਲੀ ਇੱਕ ਫੈਸਲਾ ਕੀਤਾ ਕਿ ਅਸੀਂ ਆਪਣੇ ਪ੍ਰਾਈਵੇਟ ਹਸਪਤਾਲਾਂ 'ਤੇ ਇਲਾਜ ਹੀ ਨਹੀਂ ਕਰਨਾ। ਮੈਂ ਕਿਹਾ ਯਾਰ ਕਿਆ ਬਾਤ ਆ, ਦੱਸੋ। ਉਹ ਜਦੋਂ ਫਿਰ ਚੰਗਾ ਖਿੱਚਿਆ ਸੀ, ਉਦੋਂ ਤੁਸੀਂ ਫੇਸਬੁੱਕ ਦੇ ਉੱਤੇ ਦੇਖਿਆ ਨਹੀਂ, ਮੁੜ ਕੇ ਕਾਫੀ ਜਿਹੜਾ ਹੈਗਾ ਮੈਨੂੰ ਡਾਕਟਰਾਂ ਦਾ ਹੀ ਫੋਨ ਆਇਆ, ਯਾਰ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਬੰਨ ਲੈਂਦੇ ਹੋ। ਮੈਂ ਕਿਹਾ ਯਾਰ ਲਿਖ ਕੇ ਤਾਂ ਨਾਂ ਲਾਓ ਘੱਟੋ ਘੱਟ, ਵੀ ਐਡੀ ਕਿੱਡੀ ਗੱਲ ਹੋ ਗਈ। ਪਹਿਲਾਂ ਕੀ ਤੁਸੀਂ ਖੰਘ ਜ਼ੁਕਾਮ ਵਾਲੇ ਨੂੰ ਨਹੀਂ ਦੇਖਦੇ ਸੀਗੇ? ਹਾਂਜੀ, ਜਿੱਥੋਂ ਤੱਕ ਵਿਧੀ ਤੁਹਾਡੀ ਗੱਲ ਆ, ਲੋਕਡਾਊਨ ਦਾ ਮਤਲਬ ਇਹ ਹੁੰਦਾ ਵੀ ਥੋੜੇ ਸਮੇਂ ਤੇ ਲਾ ਕੇ ਸਰਕਾਰ ਲੋੜੀਂਦੇ ਪ੍ਰਬੰਧ ਕਰ ਲਵੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਸਾਰੀਆਂ ਆਪਣੀਆਂ OPD ਜਿਹੜੇ ਹੋਸਪਿਟਲ ਖੋਲਣ ਜੀ, ਖੋਲੀਆਂ ਕਿਸੇ ਨੇ? ਕਿਸੇ ਨੇ ਖੋਲੀਆਂ, ਕਿਉਂ ਨਹੀਂ ਖੋਲੀਆਂ? ਤੇ ਉਹਨਾਂ ਜਿਹੜੇ ਹੋਸਪਿਟਲ ਵੱਡੇ ਵੱਡੇ, ਇੱਕ ਆਪਣੇ ਕੀ ਕਹਿੰਦੇ ਗਿੱਦੜਵੇ ਤੋਂ ਲੜਕੀ ਸੀਗੀ, ਉਹਦਾ ਕੀ ਕਹਿੰਦੇ ਜਿਹੜੀ ਡਾਕਟਰ ਪਿਛਲੇ 9-10 ਮਹੀਨੇ ਤੋਂ ਉਹਦਾ ਇਲਾਜ ਕਰ ਰਹੀ ਸੀ, ਉਹਦੀ ਡਿਲੀਵਰੀ ਸੀ, ਖੜੇ ਪੈਰ ਤਾਂ ਉਹਨੂੰ ਮੋੜਤਾ, ਉਹਦਾ ਵਿਚਾਰੇ ਦੀ ਪੋਟੀ ਤੱਕ ਜਿਹੜੀ ਆ ਉਹ ਬੱਚੇਦਾਨੀ 'ਚ ਨਿਕਲ ਗਈ ਬੱਚੇ ਦੀ, ਅਤੇ ਮਾਵਾਂ ਮਾਂ ਪੁੱਤ ਦੋਵੇਂ ਮਰ ਜਾਣੇ ਸੀਗੇ, ਮਾਵਾਂ ਧੀਆਂ। ਹਾਂਜੀ, ਨਹੀਂ ਮੈਂ ਤੁਹਾਨੂੰ ਅੱਗੇ ਅੰਮ੍ਰਿਤਸਰ ਦੀ ਗੱਲ ਨਹੀਂ ਸੁਣਾਈ ਕਿ ਡਿਲੀਵਰੀ ਕੇਸ ਸੀਗਾ ਜਿਹਦੇ ਕੋਲ ਰੈਗੂਲਰ ਚੱਲਦਾ ਸੀ ਇਲਾਜ, ਉਹ ਸਭ ਭੱਜ ਭੁੱਜ ਗਏ ਜੀ, ਚਾਰ ਹੋਸਪਿਟਲ 'ਚ ਗਏ। ਇੱਕ ਹੋਸਪਿਟਲ ਨੇ ਕਿਹਾ ਵੀ ਸਾਡੇ ਪਹਿਲਾਂ 15,000 ਰੁਪਏ ਕਿੱਟਾਂ ਆਉਣੀਆਂ, ਇਸ ਨੂੰ ਲੈ ਕੇ ਦੋ ਫਿਰ ਆਪਰੇਸ਼ਨ ਕਰਾਂਗੇ ਅਸੀਂ, ਫਿਰ ਅਸੀਂ ਕੇਸ ਕਰਾਂਗੇ। ਕੁਦਰਤੀ ਉਹਨਾਂ ਨੂੰ ਇੱਕ ਜਿਹੜੀ ਸੀ ਉਹ ਨਰਸ ਟੱਕਰ ਗਈ, ਨਰਸ ਕਹਿਣ ਲੱਗੀ ਵੀ ਚਲੋ ਫਲਾਣੇ ਹੋਸਪਿਟਲ ਲੈ ਚਲੋ ਮੈਂ ਕਰ ਦਿੰਦੀ ਹਾਂ, ਤੇ ਉਹ ਨਰਸ ਨੇ ਜਿਹੜਾ ਸੀ ਉਹ ਸਿੰਪਲ ਕੇਸ ਉਹਦਾ ਲੜਕੀ ਦਾ ਹੋਇਆ, ਬੇਟਾ ਉਹਦੇ ਘਰ ਆ, ਤੇ ਉਹਨੇ ਵੀ 12,000 ਰੁਪਇਆ ਲਈ ਉਹਦੀ ਫੀਸ, ਉਹ ਕਹਿੰਦੀ ਵੀ ਕੁਛ ਹੋਸਪਿਟਲ ਦੇਣੀ ਆ ਤੇ ਕੁਛ ਮੇਰੀ ਫੀਸ ਆ, ਤੇ ਅਸੀਂ ਕਹਿੰਦੇ ਫੇਰ ਵੀ ਜਦੋਂ ਬਚਾਅ ਆ ਗਿਆ ਦਿੱਤੇ ਜੇ 15,000 ਉਹਦੇ 42,000 ਦੂਜਾ ਜੀ, ਕਿੰਨੇ ਪੈਸੇ ਬਣ ਗਏ? 57,000 ਰੁਪਇਆ ਮੰਗਦੇ ਸੀ ਹੋਸਪਿਟਲ ਵਾਲੇ ਇੱਕ ਡਿਲੀਵਰੀ ਕੇਸ ਦਾ। ਤੇ ਇਸ ਕਰਕੇ ਇਹ ਲੋਕ ਜਿਹੜੇ ਅਸੀਂ ਜਦੋਂ ਰੌਲਾ ਪਾਇਆ ਸੀ ਵੀ ਇਹ ਬੜਾ ਕੁਛ ਕਿਹਾ ਸੀ, ਪਰ ਤੁਸੀਂ ਮੁੜ ਕੇ ਕਿਹਾ ਯਾਰ ਛੱਡੋ, ਪਰ ਬੜੇ ਫੋਨ ਲੋਕਾਂ ਦੇ ਆਉਂਦੇ ਵੀ ਤੁਸੀਂ ਇਹ ਨਹੀਂ ਕਰਦੇ, ਅਸੀਂ ਨਹੀਂ ਕਰਦੇ, ਅਸੀਂ ਨਹੀਂ ਕਰਦੇ, ਅਸੀਂ ਐਗਜ਼ਾਮਪਲ ਨਹੀਂ ਕਹਿ ਸਕਦੇ ਕਿੱਥੇ ਕੀ ਆ ਕਿੱਥੇ ਨਹੀਂ ਹੋਇਆ। ਅੱਜ ਦੀ ਡੇਟ ਦੇ ਵਿੱਚ ਵੀ ਮੈਂ ਅੰਮ੍ਰਿਤਸਰ ਦੀ ਗੱਲ ਕਰਦਾ ਜੀ, ਗੁਰੂ ਨਾਨਕ ਹੋਸਪਿਟਲ ਨੂੰ ਜੇ ਕਿਤੇ ਅਪਗ੍ਰੇਡ ਕੀਤਾ ਜਾਵੇ ਤੇ ਸਾਰੇ ਪ੍ਰਾਈਵੇਟ ਹੋਸਪਿਟਲ ਬੰਦ ਹੋ ਜਾਣ। ਉਹ ਰੌਲਾ ਤਾਂ ਇੱਥੇ ਪੱਟੀ ਸਾਹਿਬ, ਰੌਲਾ ਹੀ ਇੱਥੇ ਹੈ। ਮੈਨੂੰ ਐ ਦੱਸੋ ਕਿ ਜੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੀ ਵਧੀਆ ਨਵੀਆਂ ਕਰ ਦਿੰਦੇ, ਪ੍ਰਾਈਵੇਟ 'ਚ ਬੈਠੇ ਕੌਣ? ਬਿਲਕੁਲ ਪ੍ਰਾਈਵੇਟ 'ਚ ਬੈਠੇ ਕੌਣ? ਹਾਂ, ਰੌਲਾ ਤਾਂ ਇੱਥੇ ਹੈ ਨਾ। ਹੁਣ ਸਾਡੇ ਬਠਿੰਡੇ ਦੇਖੋ, ਬਠਿੰਡੇ ਮੈਂ ਤੁਹਾਨੂੰ ਇੱਕ ਮੈਂ ਖੁਦ ਆਪਦੀ ਨਿੱਜੀ ਗੱਲ ਕਰਦਾ, ਮੇਰੇ ਨਾਨੀ ਦਾ ਐਕਸੀਡੈਂਟ ਹੋ ਗਿਆ, ਮੈਂ ਉਦੋਂ ਪਾਕਿਸਤਾਨ ਸੀਗਾ, ਮਾਤਾ ਦਾ ਮੈਨੂੰ ਫੋਨ ਆ ਗਿਆ, ਮੈਂ ਪਰਾਂ ਹੋਰ ਦੇਸ਼ ਪੱਲ ਚੱਲਿਆ ਸੀਗਾ ਵਿੱਚ ਦੀ ਲੰਘ ਕੇ,
ਤੇ ਮੈਨੂੰ ਕਹਿੰਦੇ ਵੀ ਭਾਈ ਐਂ ਹੈਗਾ ਮੈਂ ਮੁੜ ਆਇਆ। ਮੈਂ ਕਿਹਾ ਚਲੋ ਭਾਈ ਨਾਨੀ ਨਾਲ ਮੂੰਹ ਪਿਆਰ ਹੁੰਦਾ, ਐਕਸੀਡੈਂਟ ਹੋ ਗਿਆ, ਮਾਤਾ ਪਤਾ ਨਹੀਂ ਬਚੂ ਕਿ ਨਾ ਬਚੂ। ਉਹ ਆ ਕੇ ਮੇਰਾ ਮਾਮਾ ਜੀ ਉਹ ਲਈ ਬੈਠੇ ਪ੍ਰਾਈਵੇਟ ਹਸਪਤਾਲ 'ਚ। ਮੈਂ ਕਿਹਾ ਮਾਮਾ ਜੀ ਗੱਲ ਇੱਕ ਹੈ ਵੀ ਦੇਖੋ ਨਾਨੀ ਨੂੰ ਸ਼ੂਗਰ ਵੀ ਹੈ, ਹਾਰਟ ਦੀ ਮਰੀਜ਼ ਵੀ ਹੈ, ਪਲਸ ਵੀ ਮਿਸ ਮਾਰਦੀ ਹੈ, ਚੂਲਾ ਵੀ ਟੁੱਟ ਗਿਆ, ਉਮਰ ਵੀ 85-88 ਸਾਲ ਹੈ, ਪਰ ਜੇ ਤੁਸੀਂ ਮੇਰੇ ਕਹਿਣਾ ਮੰਨੋ ਤਾਂ ਮੈਂ ਸਿਵਲ ਹਸਪਤਾਲ ਲੈ ਜਾਂਦਾ। ਵੀ ਨੰਬਰਦਾਰੀ ਵਾਲਾ ਕੰਮ ਨਾ ਕਰੋ ਵੀ ਤੁਸੀਂ ਕਹੋ ਵੀ ਫਲਾਨਾ ਪਿੰਡ ਵਾਲੇ ਕੀ ਕਹਿਣਗੇ ਵੀ ਨੰਬਰਦਾਰ ਆ ਤੂੰ ਆਪਦੀ ਮਾਂ ਦਾ ਇਲਾਜ ਸਰਕਾਰੀ 'ਚ ਕਰਾ ਲਿਆ। ਮੈਂ ਕਿਹਾ ਸਰਕਾਰੀ ਸਾਡੇ ਬਠਿੰਡੇ ਹਸਪਤਾਲ ਦੇ ਵਿੱਚ 3 ਆਪਰੇਸ਼ਨ ਥੀਏਟਰ ਨੇ, ਜਿਨ੍ਹਾਂ 'ਚੋਂ ਇੱਕ ਰੂਟੀਨ ਵਾਈਜ਼ ਬੰਦ ਰਹਿੰਦਾ। ਉਹ ਬੰਦ ਤਾਂ ਰਹਿੰਦਾ ਕਿਉਂਕਿ ਉਹਨੂੰ ਜਿਹੜਾ ਉਹਦਾ ਸਾਰਾ ਦਾ ਸਾਰਾ ਉਹਨੂੰ ਕੀ ਕਹਿੰਦੇ ਆਪਰੇਸ਼ਨ ਥੀਏਟਰ ਨੂੰ ਉਹਨਾਂ ਨੇ ਡਿਸਇਨਫੈਕਟਡ ਕੀਤਾ ਹੁੰਦਾ। ਅਤੇ ਉੱਥੇ ਦੇਖੋ ਮੈਡੀਸਨ ਦੇ ਡਾਕਟਰ ਵੀ ਹੈ, ਉੱਥੇ ਹੱਡੀਆਂ ਦੇ ਡਾਕਟਰ ਵੀ ਹੈ, ਉੱਥੇ ਸ਼ੂਗਰ ਦਾ ਵੀ ਹੈ। ਮੈਂ ਕਿਹਾ ਇੱਥੇ ਪ੍ਰਾਈਵੇਟ ਦੇ ਵਿੱਚ ਤੁਸੀਂ ਇੱਕ ਡਾਕਟਰ ਸੱਦੋਗੇ, ਉਹਨੇ 500 ਰੁਪਇਆ ਫੀਸ ਲੈਣੀ, ਉੱਥੇ ਡਾਕਟਰਾਂ ਦੀ ਟੀਮ ਖੜ੍ਹੀ ਹੋ ਜਾਣੀ ਹੈ, ਅਤੇ ਤੁਸੀਂ ਮੰਨੋਗੇ ਨਹੀਂ ਆਪਰੇਸ਼ਨ ਵੀ ਡਾਕਟਰ ਦਿਓਲ ਸੀ ਹੈਗੇ ਨੇ ਇੱਥੇ, ਬਹੁਤ ਵਧੀਆ ਕੀਤਾ ਡਾਕਟਰ, ਮੈਡੀਸਨ ਦੇ ਹੀ ਬੜੇ ਵਧੀਆ ਸੀ। ਅਤੇ ਮਾਤਾ ਸਾਡੀ ਨਾਨੀ ਉਦੋਂ ਬਾਅਦ 10 ਸਾਲ ਜਿਉਂਗੀ। ਤੇ ਪਰ ਗੱਲ ਕੀ ਹੈ ਕਿ ਸਾਡੀ 1700 ਤੋਂ ਉੱਤੇ ਮਰੀਜ਼ ਅੱਜ ਵੀ ਬਠਿੰਡੇ ਮੈਡੀਕਲ ਆਪਣੇ ਗੌਰਮੈਂਟ ਜਿਹੜਾ ਸਿਵਲ ਹਸਪੀਟਲ ਆ ਉੱਥੇ OPD ਹੈ 1700 ਦੀ। ਬਿਲਕੁਲ 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 ਹੈਗੀ ਤੁਹਾਡੀ ਗੱਲ, ਬਿਲਕੁਲ ਠੀਕ ਹੈਗੀ। ਅੱਜ ਦੀ ਡੇਟ ਦੇ ਵਿੱਚ ਵੀ ਵੇਖੋ ਜੀ, ਜਿਹੜੇ ਤੁਹਾਡੇ ਪਿੰਡਾਂ ਦੇ ਜਿਹੜੇ ਲੋਕ ਨੇ 40% ਅਜੇ ਵੀ ਗੌਰਮੈਂਟ ਹਸਪੀਟਲ ਜਾਂਦੇ ਨੇ, ਸ਼ਹਿਰਾਂ ਦੇ 60% ਲੋਕ ਜਿਹੜੇ ਆ ਉਹ ਪ੍ਰਾਈਵੇਟ ਆਪਣੀ ਸੌ ਲੈਂਦੇ 60-70 ਤੱਕ। ਗਰੀਬ ਲੋਕ ਪ੍ਰਾਈਵੇਟ ਜ਼ਰੂਰ ਜਾਂਦੇ ਆ, ਜਿੱਥੇ ਡਾਕਟਰ ਨਿਰੰਕਰ ਸਿੰਘ ਨੇਕੀ ਅੱਗੇ ਬੈਠੇ ਅੰਮ੍ਰਿਤਸਰ ਦੇ ਵਿੱਚ, ਹੁਣ ਤੇ ਰਿਟਾਇਰ ਹੋ ਗਏ ਨੇ, ਲੇਕਿਨ ਉਹਨੂੰ ਫਿਰ ਸਰਕਾਰ ਨੇ ਭਰਤੀ ਕਰ ਲਿਆ। ਉਹ ਬੰਦੇ ਦੀ ਵੇਖੋ ਕੱਲ, ਉਹ ਵਿਚਾਰਾ ਸਾਰਾ ਦਿਨ ਹੀ ਆਪਣਾ ਬਿਤਾ ਦਿੰਦਾ ਸੀ ਉੱਥੇ ਵਾਰਡ ਦੇ ਵਿੱਚ, ਨਰਸਾਂ ਛੁੱਟੀ ਕਰਕੇ ਚਲੀ ਗਈ, ਉਹ ਬੈਠਾ ਹੁੰਦਾ ਸੀ ਕਿਸੇ ਮਰੀਜ਼ ਨੂੰ ਕੋਈ ਤਕਲੀਫ ਹੈਗੀ ਆ, ਤੁਸੀਂ ਆਪ ਜਾ ਕੇ ਤਕਲੀਫ ਸੁਣਦਾ, ਰਾਤ ਨੂੰ 9 ਵਜੇ ਵਾਰਡ 'ਚ ਆ ਜਾਂਦਾ ਸੀਗਾ। ਈਵਨ ਇੱਥੋਂ ਤੱਕ ਜੇ ਕੋਈ ਗਰੀਬ ਹੈਗਾ ਵਾ ਤੁਹਾਡਾ ਮਰੀਜ਼ ਹੈਗਾ, ਤੇ ਉਹਨੇ ਆਪਣੇ ਸੈਂਪਲ ਜਿਹੜੇ ਆਏ ਉਹ ਸਾਰੇ ਦੇ ਦੇਣੇ, ਵੀ ਇਹਨੂੰ ਦੇ ਦਿਓ ਕੋਈ ਗੱਲ ਨੀ ਯਾਰ। ਜੇ ਕਿਤੇ ਮਤਲਬ ਉਹਨੂੰ ਖੂਨ ਦੀ ਲੋੜ ਪਈ ਤੇ ਆਪਣਾ ਖੂਨ ਦੇ ਦੇਣਾ, ਲੋ ਜੀ ਮੇਰਾ ਖੂਨ ਲੈ ਲਓ ਤੁਸੀਂ, ਤੇ ਬਦਲਾ ਲਓ ਜੀ। ਇਹ ਵੀ ਰੱਬ ਦੇ ਰੂਪ ਨੇ ਕਈ ਡਾਕਟਰ। ਕਾਲ ਲੈ ਜੀ, ਰੱਬ ਦੇ ਰੂਪ ਦਾ ਤੇ ਕਾਲ ਲੈ ਲਈਏ ਜੀ। 9164 ਤੇ ਆਉਂਦੇ ਰਹੋ ਜੀ, ਸਤਿ ਸ਼੍ਰੀ ਅਕਾਲ। ਇੱਕ ਮਿੰਟ ਕਾਲ ਲੈਣੇ, ਮਾਫੀ ਚਾਹੁੰਦੇ ਜੀ ਸਾਡੇ ਕੋਲੇ ਹੁਣ। ਸਤਿ ਸ਼੍ਰੀ ਅਕਾਲ ਜੀ, 9164 ਤੇ ਆਉਂਦੇ ਰਹੋ। ਪੈਟਰੋਲ ਤੇ ਡੀਜ਼ਲ ਦੇ ਪ੍ਰਾਈਸ ਬਹੁਤ ਥੱਲੇ ਆ ਗਏ ਆ, $3.5 ਬੈਰਲ ਆਪਣਾ ਗੇਲਨ ਤੋਂ ਚਾਣੀ ਪੌਣੇ 2 ਲੀਟਰ $1.5 ਰਹਿ ਗਿਆ। ਇੱਥੇ ਤਾਂ ਕੋਈ ਫਰਕ ਪਿਆ ਨਹੀਂ, ਇੱਥੇ ਤਾਂ ਨਹੀਂ ਪਿਆ ਜੀ, ਇੱਥੇ ਤਾਂ ਨਹੀਂ, ਹਜੇ ਪਤਾ ਨਹੀਂ ਕਦੋਂ ਪਾਉਣਗੇ। ਨਹੀਂ ਵੀਰ ਜੀ, ਇੱਥੇ ਪਿਆ ਫਰਕ ਜ਼ਰੂਰ ਆ, ਲੇਕਿਨ ਉਹਨਾਂ ਨੇ ਬਿਨਾਂ ਤੁਸੀਂ ਮਹਿਸੂਸ ਕਰਦੇ ਹੋ। ਅੱਜ ਦੀ ਡੇਟ ਦੇ ਵਿੱਚ ਜੋ ਨੈਸ਼ਨਲ ਲੈਵਲ ਤੇ ਜਿਹੜੀ ਰਾ ਮਟੀਰੀਅਲ ਦੀ ਰਾਤ ਦੇ ਕੱਚੇ ਤੇਲ ਦੀ ਕੀਮਤ ਪ੍ਰਤ ਬੈਰਲ ਦੇ ਹਿਸਾਬ ਨਾਲ, ਸਾਡਾ ਇੱਥੇ 35 ਰੁਪਏ ਤੋਂ ਵੱਧ ਜਿਹੜਾ ਪੈਟਰੋਲ ਨਹੀਂ ਚਾਹੀਦਾ, ਅੱਜ ਵੀ ਉਹ 70 ਰੁਪਏ ਆ। ਲੇਕਿਨ ਹੁਣ ਤੇ ਬਹੁਤੇ ਪੈਟਰੋਲ ਪੰਪ ਬੰਦ ਹੀ ਕਰ ਦਿੱਤੇ, ਵੀ ਜੇ ਤੇਲ ਪਾਏ ਤਾਂ ਘਰੋਂ ਨਿਕਲੂਗਾ, ਤੇਲ ਪਾਊਗਾ ਕੋਈ ਨਾ ਕੋਈ। ਬਿਲਕੁਲ ਜੀ, ਮੇਰਾ ਖਿਆਲ 90% ਜਿਹੜਾ ਇਸ ਵੇਲੇ ਨੁਕਸਾਨ ਜਿਹੜਾ ਹੋਇਆ ਸਰਕਾਰ ਦਾ ਰੈਵੀਨਿਊ, ਲੇਕਿਨ ਬਚਿਆ ਵੀ ਆ 3 ਲੱਖ ਕਰੋੜ ਰੁਪਇਆ ਸਰਕਾਰ ਦਾ ਬਚਣਾ, ਤੇਲ ਬਾਹਰੋਂ ਖਰੀਦਣਾ ਸੀ ਅਸੀਂ। ਇਸ ਕਰਕੇ ਫਰਕ ਜ਼ਰੂਰ ਪਿਆ 5-4 ਰੁਪਏ ਦਾ, ਲੇਕਿਨ ਇੰਨਾ ਫਰਕ ਨਹੀਂ ਪਿਆ ਜਿੰਨਾ ਪੈਣਾ ਚਾਹੀਦਾ ਸੀ, ਉਹ ਨਹੀਂ ਫਰਕ ਪਿਆ ਜੀ। ਪਰ ਸੋਨੇ ਦਾ ਭਾਅ ਜ਼ਰੂਰ ਛਾਲਾ ਮਾਰਦਾ ਜਾਂਦਾ ਇੱਥੇ। ਹਾਂਜੀ ਹਾਂਜੀ ਹਾਂਜੀ, 40-44 ਹਜ਼ਾਰ ਤੋਲਾ ਹੋਇਆ ਪਿਆ ਹੈਂਜੀ, ਲੈਂਦਾ ਪਤਾ ਨਹੀਂ ਕੌਣ ਹੈ। ਆਪਾਂ ਫਿਰ ਗੱਲ ਕਰਦੇ ਸੀ ਡਾਕਟਰਾਂ ਦੀ ਜੀ, ਮੈਨੂੰ ਯਾਦ ਹੈ ਵੀ ਮੇਰੀ ਆਪਣੀ ਵਾਈ ਬਿਮਾਰ ਹੋ ਗਈ ਤੇ ਮੈਂ ਹਸਪਤਾਲ ਲੈ ਕੇ ਗਿਆ, ਡਾਕਟਰ ਕਹਿੰਦਾ ਜੀ ਤੁਸੀਂ 20 ਰੁਪਏ ਜਮਾ ਕਰਾ ਦੋ, ਤੁਸੀਂ ਇਲਾਜ ਸ਼ੁਰੂ ਕਰ ਦਿੰਦੇ। ਮੈਂ ਕੋਈ ਗੱਲ ਨੀ ਕਰਾ ਦਿੰਦੇ। ਇਹਦਾ ਮੀਤ ਡਾਕਟਰ ਦੀਪਕ ਗੁਪਤਾ ਹੁੰਦੇ ਸੀ ਗੁਰੂ ਨਾਨਕ ਹੋਸਪਿਟਲ, ਉਹਨਾਂ ਦਾ ਮੈਨੂੰ ਫੋਨ, ਉਹਨੂੰ ਕੰਮ ਸੀ ਮੇਰੇ ਗੁੱਚਾ, ਕਹਿੰਦੇ ਕਿੱਥੇ ਜੀ ਮੈਂ ਫੜਿਆ, ਮੈਂ ਵੀ ਲੱਗ ਗਈ ਹਾਂ। ਮੈਨੂੰ ਕਹਿੰਦੇ ਅਸੀਂ ਕੀ ਪ੍ਰੋਬਲਮ, ਮੈਂ ਕਿਹਾ ਪ੍ਰੋਬਲਮ ਆ। ਉਹ ਆਇਆ, ਉਹ ਕਹਿੰਦੇ ਅੱਗੇ ਚੈੱਕ ਕੀਤਾ, ਕਹਿੰਦਾ ਚੁੱਕੋ ਮੇਰੀ ਕਾਰ ਤੇ ਪਾਓ ਤੁਸੀਂ ਜੀ। ਉਹ ਆਪਣੀ ਵਾਰਡ 'ਚ ਲੈ ਗਿਆ ਗੁਰੂ ਨਾਨਕ ਹੋਸਪਿਟਲ, ਕੀਤਾ ਕਿ 3 ਬੋਟਲ ਜੀ ਖੂਨ ਦੇ ਗਏ ਨੇ ਤੇ 1500 ਸਾਡਾ ਖਰਚਾ ਦਵਾਈਆਂ ਦੇ ਸਿਰ, ਤੇ ਕਹਿੰਦਾ ਜਾਓ ਘਰ ਨੂੰ, ਕੋਈ ਪ੍ਰੋਬਲਮ ਨਹੀਂ। ਮਤਲਬ ਉਸ ਇਸ ਗੱਲ ਨੂੰ ਘਟਨਾ ਨੂੰ ਅਜੇ ਮਤਲਬ ਘੱਟੋ ਘੱਟ ਕਰੀਬ ਮੇਰੇ ਖਿਆਲ ਵੀ 25 ਸਾਲ ਹੋ ਗਏ ਜੀ। ਤੇ ਜੇ ਉਹ ਇਹ ਡਾਕਟਰ ਜਿਹੜੇ ਪ੍ਰਾਈਵੇਟ ਤੋਂ ਕਹਿੰਦੇ ਲੈ ਕੀ ਲੈ ਚੱਲੇ ਤੇ ਕੀ ਦੇ ਚੱਲੇ ਤੁਸੀਂ ਸਾਨੂੰ ਜੀ। ਅੱਜ ਵੀ ਬੜੇ ਬੜੇ ਮਾਰਸ਼ਲ ਡਾਕਟਰ ਬੈਠੇ ਜੇ ਸਰਕਾਰੀ ਹੋਸਪਿਟਲ ਚ, ਪ੍ਰੋਬਲਮ ਸਿਰਫ ਇਹ ਆ ਵੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ, ਉਹਦੇ ਵਿੱਚੋਂ ਜਿਹੜੇ 10-15% ਦੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਨਾ ਜੀ, ਉਹ ਬੇੜਾ ਗਰਕ ਕਰਦੇ ਹੋ। ਜਦੋਂ ਕਿਤੇ ਡਾਕਟਰ ਕੋਲ ਜਾਂਦੇ ਤੁਸੀਂ ਸਰਕਾਰੀ ਹਸਪੀਟਲ ਪਿੰਡਾਂ ਵਾਲੇ ਵੀ ਰੱਖ ਰੱਖੇ ਨੇ ਜੀ ਕਮਿਸ਼ਨ ਦੇ ਉੱਤੇ, PRO ਰੱਖ ਰੱਖੇ ਹਾਂਜੀ ਹਾਂਜੀ, ਪਹਿਲਾਂ ਤਾਂ ਉਲਟ ਪੈਂਦੇ ਉਹਨਾਂ ਨੂੰ।
ਜੇ ਉਹ ਡੋਡ ਨਹੀਂ ਪੀਂਦੇ ਤੇ ਮੁੜ ਕੇ ਕਹਿੰਦੇ ਵੀ ਚੰਗਾ ਫਿਰ ਚੰਗੀ ਤਰ੍ਹਾਂ ਫੜਨੇ ਫੜਾਣੇ ਹਸਪਤਾਲ ਸਾਹਮਣੇ ਆ ਜਾਓ ਇੰਨੀ ਫੀਸ ਲੱਗੂਗੀ ਉੱਥੇ। ਬਿਲਕੁਲ ਆਪਾਂ ਬਿਲਕੁਲ ਜੀ ਖਬਰਾਂ ਸਮਾਂ ਬੜਾ ਤੇਜ਼ੀ ਨਾਲ ਚੱਲ ਰਿਹਾ। ਪੱਟੀ ਸਾਹਿਬ ਦੇਖੋ ਬੜੀ ਹੈਰਾਨੀ ਦੀ ਗੱਲ ਹੈ ਵੀ ਕਣਕ ਖਰੀਦੀ ਜਾ ਰਹੀ ਹੈ, ਤੁਸੀਂ ਜਾ ਕੇ ਉੱਥੇ ਕੀ ਕਰ ਸਕਦੇ ਹੋ, ਕੀ ਹੈਗਾ, ਕਿਉਂਕਿ ਰਿਵਾਜ਼ ਜਿਹਾ ਬਣ ਗਿਆ ਜੀ, ਫਲਾਨੇ ਨੇ ਕਣਕ ਦੀ ਖਰੀਦ ਸ਼ੁਰੂ ਕਰਾਈ, ਫਲਾਨੇ ਨੇ ਮੰਡੀਆਂ ਦਾ ਦੌਰਾ ਕੀਤਾ, ਫਲਾਨੇ ਨੇ ਉੱਥੇ ਮੁਸ਼ਕਲਾਂ ਜਾਣੀਆਂ ਕਿਉਂਕਿ ਰਹਿ ਨਾ ਜਾਣ ਤਸਵੀਰਾਂ ਸਾਡੀਆਂ ਉੱਥੇ ਵੀ, ਫਿਰ 100-100 ਬੰਦਾ ਇਕੱਠਾ ਹੋ ਜਾਂਦਾ। ਸਾਡੇ ਇੱਕ ਮੰਤਰੀ ਜੀ ਨੇ ਬਠਿੰਡੇ ਜ਼ਿਲ੍ਹੇ ਦੇ, ਉਹ 250 ਬੰਦਾ ਲੈ ਕੇ ਪਹੁੰਚ ਗਏ, ਵਿਰੋਧੀ ਪਾਰਟੀਆਂ ਧਿਰ ਵਾਲੇ ਵੀ ਉੱਥੇ ਬੈਠੇ ਨੇ ਕਰੀ ਜਾਂਦੇ ਨੇ। ਇੱਧਰ ਹਰਿਆਣੇ ਦੇ ਵਿੱਚ ਵੀ ਕਹਿੰਦੇ ਈ ਟ੍ਰੇਡਿੰਗ ਦਾ ਵਿਰੋਧ ਕਰਨ ਵਾਲੇ ਰੋਸ ਮੁਜ਼ਾਹਰੇ ਕਰੀ ਜਾਂਦੇ ਆ, ਸਮਾਜਿਕ ਦੂਰੀ ਦਾ ਉਹ ਨਹੀਂ ਖਿਆਲ ਰੱਖ ਰਹੇ। ਅੰਮ੍ਰਿਤਸਰ ਦੀਆਂ ਮੈਂ ਤੁਹਾਡੀਆਂ ਤਸਵੀਰਾਂ ਦੇਖ ਰਿਹਾ ਸੀਗਾ, ਫਾਟਕ ਦੇ ਉੱਤੇ ਐਂ ਖੁੱਲ੍ਹੇ ਜਿਵੇਂ ਰੁਟੀਨ ਦਾ ਕੰਮ ਹੁੰਦਾ। ਜੀ 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 ਕੀ ਕਹੋਗੇ? ਦੇਖੋ ਜੀ, ਜਿੱਥੋਂ ਤੱਕ ਸਰਕਾਰ ਆ, ਸਰਕਾਰ ਜਿਸ ਤਰੀਕੇ ਨਾਲ ਸਾਨੂੰ ਚਲਾਉਣਾ ਚਾਹੁੰਦੀ ਉਹ ਕੰਮ ਨਹੀਂ ਚੱਲ ਸਕਦਾ ਜੀ। ਸਰਕਾਰ ਬਿਲਕੁਲ ਜਿਹੜੀ ਆ ਉੱਥੇ ਪੋਲਿਸੀਆਂ ਬਣਾਉਂਦੀ ਬੈਠੇ, ਜਿਹੜੇ ਅਸੀਂ ਏਸੀ ਕਮੇਟੀ ਬਹਿ ਕੇ ਬਣਾ ਦਿੰਦੇ, ਹੁਣ ਕੱਲ੍ਹ ਅਵਤਾਰ ਉਹਨਾਂ ਕੀ ਪਤਾ ਵੀ ਖੇਤੀਬਾੜੀ ਕੀ ਹੁੰਦੀ ਆ, ਉਹਨਾਂ ਨੂੰ ਕੀ ਪਤਾ ਕਿਸਾਨ ਕੀ ਹੁੰਦਾ, ਉਹਨਾਂ ਨੂੰ ਉੱਥੇ ਕੀ ਪਤਾ ਵੀ ਕਣਕ ਕਿਵੇਂ ਬੀਜੀ ਜਾਂਦੀ ਆ, ਜਿਹੜੇ ਉੱਥੇ ਕਿਤਾਬੀ ਕਾਰਵਾਈ ਕਰਨ ਵਾਲੇ ਆ। ਇੱਥੇ ਤੁਸੀਂ ਜਿੰਨਾ ਮਰਜ਼ੀ ਕੰਟਰੋਲ ਕਰ ਲਓ, ਹੁਣ ਕੱਲ੍ਹ ਕਈ ਜਿਹੜੀਆਂ ਟਰਾਲੀਆਂ ਮੋੜੀਆਂ ਇਹਨਾਂ ਨੇ, ਉਹ ਕਹਿੰਦੀ ਏਦੋ ਵਾਰ ਟਰਾਲੀਆਂ ਅਸੀਂ ਲੈਣੀਆਂ ਹੀ ਨਹੀਂ ਗੀਆਂ, ਜੇ ਓਨੀਆਂ ਟਰਾਲੀਆਂ ਹੋਈ ਉਹਦੇ ਚ ਮੋੜਤੀਆਂ, ਸਾਡੇ ਕੋਲ ਜਗ੍ਹਾ ਨਹੀਂ ਹੈਗੀ ਜੀ, ਅਸੀਂ ਨਹੀਂ ਲੈ ਸਕਦੇ, ਜਿਨ ਚਿਰ ਪੂਰੀ ਅਗਲੀ ਸੇਲ ਨਹੀਂ ਹੋ ਜਾਂਦੀ। ਜਦੋਂ ਕਿਸਾਨ ਇੱਕ ਵਾਰੀ ਟਰਾਲੀ ਲੈ ਕੇ ਆਏਗਾ ਤੇ ਵਾਪਸ ਮੋੜੀ ਜਾਓ, ਉਹਦੇ ਮਨ ਤੇ ਕੀ ਗੁਜਰੂਗੀ, ਲੁੱਟ ਹੋ ਜਾਊਗੀ, ਫਿਰ ਰਾਹ ਚ ਦੂਜੇ ਪਾਸੇ ਦਲਾਲ ਵੀ ਖੜੇ ਹੁੰਦੇ ਨਾ। ਬਹਾਨਾ ਕੀ ਬਣਾਇਆ ਗਿਆ ਵੀ ਤੁਹਾਡੇ ਨਵੀਂ ਹੈ ਜੀ ਕਣਕ ਚ, ਉਹ ਭਾਈ ਕਣਕ ਹੋਣੇ ਤੇ ਮਾਦੇ, ਕਣਕ ਚ ਨਵੀਂ ਕਿੱਥੋਂ ਆ ਗਈ, ਚੱਲ ਥੋੜੀ ਮੋਟੀ ਆ ਜੂਗੀ ਤਾਂ ਉਦੋਂ ਇਹ 2 ਮਿੰਟਾਂ ਦੀ ਉੱਡ ਜਾਂਦੀ ਹੈ ਜੀ। ਉਹ ਤੇ ਵੇਖੋ ਜੀ, ਉਹਨੇ ਕਹਿ ਦਿੱਤਾ ਭਗਵੰਤ ਮਾਨ ਨੇ ਕਿਹਾ ਵੀ ਅੱਜ ਵੇਲੇ ਨਵੀਂ ਛੱਡੋ, ਜੋ ਹਾਲਾਤ ਨੇ ਤੁਸੀਂ ਚੁੱਪ ਕਰਕੇ ਸਾਰੀ ਜਿਹੜੀ ਇਹ ਮੰਡੀਆਂ ਜਿਹੜੀ ਕਣਕ ਆਉਂਦੀ ਖਰੀਦੋ। ਇਹ ਕਹਿੰਦੇ ਜੀ ਉਹ ਸੋਸ਼ਲ ਡਿਸਟੈਂਸ ਵੀ ਚਾਹੀਦਾ, ਜਿਸ ਕਿਸਾਨਾਂ ਨੂੰ ਕੀ ਪਤਾ ਉਹ ਸੋਸ਼ਲ ਡਿਸਟੈਂਸ ਕੀ ਹੁੰਦਾ ਜੀ, ਠੀਕ ਹੈ ਨਾ। ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਜਿਹੜੀ ਕਣਕ ਆ ਗਈ ਆ ਉਹ ਲਵਾ ਲਓ। ਇਹਨਾਂ ਕਿਹਾ ਜੀ ਵੇਖੋ ਜੀ 50 ਟਰਾਲੀਆਂ ਸਵੇਰੇ ਆਉਣ, 50 ਸ਼ਾਮੀ ਆਉਣ, ਤੇ ਜੇ ਉਹ ਗੱਲ ਬਣਨੀ ਨੀ, ਕਿਉਂਕਿ ਹੁਣ ਕਿਸੇ ਟਰਾਲੀ ਖਰਾਬ ਹੋ ਗਈ ਜੀ ਸਵੇਰੇ ਆਉਣਾ ਸੀ, ਦੁਪਹਿਰੇ ਆਊਗਾ, ਜਿਹਦੀ ਸਵੇਰੇ ਆਉਣਾ ਟਰਾਲੀ ਖਰਾਬ, ਰਾਤ ਨੂੰ 10 ਵਜੇ ਆਊਗਾ, ਇਹਨਾਂ ਕੋਲ ਨਹੀਂ ਬਣਨੀ ਦੇਣਾ ਸੀ, ਉੱਥੇ ਫੋਰਸ ਤੁਸੀਂ ਲਾਤੀ ਆ। ਇਸ ਕਰਕੇ ਰੂਟ ਲੈਵਲ ਤੇ ਜੇ ਕੰਮ ਕਰਨਾ ਤੇ ਕਰਨ ਅਵਤਾਰ ਜੀ ਇੱਥੇ ਆ ਕੇ ਕਰੋ, ਇੱਥੇ ਬਹਿ ਕੇ ਗੱਪਾਂ ਨਾ ਮਾਰੋ, ਤੁਸੀਂ ਚੰਡੀਗੜ੍ਹ ਬੈਠ ਕੇ ਰੂਟ ਲੈਵਲ ਦੇ ਉੱਤੇ ਤੁਸੀਂ ਪਾਸ ਜਾਰੀ ਜਾਰੀ ਕਰਨੇ ਸੀ। ਅੱਜ ਦੀ ਡੇਟ ਦੇ ਵਿੱਚ ਜਿਹੜੇ ਹੁਣ ਤੱਕ ਪਾਸ ਜਾਰੀ ਕਰਨੇ ਸੀ ਉਹ 7 ਲੱਖ ਬਣਦੇ ਸੀ ਪਾਸ ਜੀ, ਤੇ ਜਾਰੀ ਕੀਤੇ ਸਿਰਫ 4 ਲੱਖ, ਕਿਉਂ ਘੱਟ ਕਰ ਰਹੇ? ਅੱਗੇ ਤੇ ਕਿਸਾਨ ਵਿਚਾਰੇ ਮਰੇ ਪਏ ਨੇ ਵਿਹਨੇ ਰੱਬ ਵਾਲੇ ਪਾਸੇ ਵੀ, ਜੇ ਮੀਂਹ ਪੈ ਗਿਆ ਤੇ ਫਿਰ ਕੀ ਕਰਨਾ ਜੀ, ਜਿੱਦਣ ਮੀਂਹ ਪੈ ਜਾਂਦਾ ਘੱਟੋ ਘੱਟ 2-3 ਦਿਨ ਜਿਹੜੀ ਕਣਕ ਉਹ ਲੇਟ ਆਟੋਮੈਟਿਕਲੀ ਹੋ ਜਾਂਦੀ, ਨਹੀਂ ਵੱਢੀ ਜਾਂਦੀ, ਕੋਈ ਧਰਤੀ ਕਿੱਲੀ ਹੋ ਗਈ ਜਾਂ ਕਣਕ ਕਿੱਲੀ ਹੋ ਗਈ, ਸਿੱਲੀ ਹੋ ਗਈ, ਜੱਟ ਕਹਿੰਦਾ ਚਲੋ ਠੀਕ ਹੈ 2 ਦਿਨ ਖਲੋ ਜਾਓ ਜੀ, ਉਹਦੇ ਵਿੱਚ ਜੇ ਕਿਤੇ ਸਿੱਲੀ ਕਣਕ ਵੱਢੋਗੇ ਤੇ ਅੱਗ ਲੱਗਣ ਦਾ ਖਤਰਾ ਵਾ। ਨਹੀਂ ਉਹ ਤਾਂ ਹੁਣ ਦੇਖੋ ਤੂੜੀ ਦਾ ਰੋਕਿਆ ਸੀ, ਨਹੀਂ ਆਪਣੇ ਹਟਦੇ ਤੇ ਉਹ ਲੱਗ ਗਈ ਤਾਂ ਅੱਗ ਕੀ ਕਰੋਗੇ, ਕਣਕ ਤੂੜੀ ਵਾਲੀ ਮਸ਼ੀਨ ਤੋਂ ਹੀ ਅੱਗ ਲੱਗੀ, ਹੋਰ ਤਾਂ ਕਿਤੋਂ ਹੀ ਨਹੀਂ ਲੱਗੀ। ਪੱਟੀ ਸਾਹਿਬ ਬਿਲਕੁਲ ਬਿਲਕੁਲ, ਮਿਹਰਬਾਨੀ ਵੇਖੋ, ਪਹਿਲਾਂ ਪਹਿਲਾਂ ਪ੍ਰੋਕਾਸ਼ਨ ਦੱਸੀਆਂ ਸਾਰਿਆਂ ਨੂੰ ਵੀ ਇਹ ਪ੍ਰੋਕਾਸ਼ਨ ਦਿੱਤੀਆਂ ਤੁਹਾਡੀਆਂ ਆਪਣੇ ਯੂਨੀਵਰਸਿਟੀ ਦੇ ਉੱਤੇ ਗੌਰ ਕਰੋ, ਜੇ ਨਹੀਂ ਕਰਦੇ ਆਪਾਂ ਕੀ ਕਰ ਸਕਦੇ ਜੀ ਜੀ। ਤੇ ਬਹੁਤ ਬਹੁਤ ਸ਼ੁਕਰੀਆ ਪੱਟੀ ਸਾਹਿਬ ਤੁਹਾਡਾ, ਮਿਹਰਬਾਨੀ, ਧੰਨਵਾਦ ਜੀ ਸਰ।